ਜਦੋਂ ਮੈਂ ਅੱਖ ਖੋਲੀ ਨਾ ਤੇ ਮੇਰੇ ਵੱਡੇ ਭਾਈ ਕੋਲੋਂ ਹੋ ਗਏ ਸਨ ਕਬੂਤਰ ਠੀਕ ਹੋ ਗਿਆ ਤੇ ਸਰ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਅਲਹਮਦੁਲਿਲਾ ਅਲਹਮਦੁਲਿਲਾ ਮੈਂ ਇਸ ਪਰਿੰਦੇ ਦੇ ਨਾਲ ਹੀ ਚਮਟਿਆ ਆ ਚੜ੍ਹਦੇ ਪੰਜਾਬ ਨੂੰ ਵੀ ਮੇਰੇ ਨੂੰ ਬਹੁਤ ਬਹੁਤ ਜ਼ਿਆਦਾ ਸਤਿ ਸ਼੍ਰੀ ਅਕਾਲ ਸਾਰੇ ਯੂਰਪ ਸਾਰੇ ਘੁੰਮਿਆ ਸਾਰਾ ਤੇ ਉੱਥੇ ਵੀ ਕੋਈ ਸ਼ੌਕ ਕਰਦੇ ਹੋ ਜਾਂ ਨਹੀਂ ਕਰਦੇ ਉਦੋਂ ਕੋਈ ਟ੍ਰੈਂਡ ਨਹੀਂ ਸੀ ਇਹ ਤੈੜੀਆਂ ਟੂੜੀਆਂ ਦਾ ਜਾਂ ਕਿਸੇ ਨਹੀਂ ਨਹੀਂ ਤੈੜੀਆਂ ਦਾ ਤੇ ਮਤਾਰਫ ਹੀ ਨਹੀਂ ਸੁਣਿਆ ਮਤਾਰਫ ਹੀ ਬਾਅਦ ਚੇ ਵਿੱਚ ਉਦੋਂ ਦੇਸੀ ਕਬੂਤਰ ਉਦੋਂ ਦੇਸੀ ਕਬੂਤਰ ਦੇ ਕਸੂਰੀ ਜਾਲਦਾਰ ਬਹੁਤ ਮਸ਼ਹੂਰ ਹੁੰਦੇ ਸੀ ਸਿਆਲਕੋਟ ਦੇ ਕਬੂਤਰ ਜੋਨ ਸੀ ਨੇ ਬੜੇ ਬੜੇ ਇਹ ਦੋ ਚੀਜ਼ਾਂ ਤੇ ਜਾਂ ਲੋਰ ਦੇ ਸ਼ਾਰ ਕੇ ਜ਼ਰਦਖੇ ਅੰਦ ਮਸ਼ਹੂਰ ਮੋਟੀ ਵਾਹ ਅੱਛਾ ਉਸਤਾਦਾਂ ਨੂੰ ਕਸਮ ਦਵਾਓ ਸਾਰਿਆਂ ਨੂੰ ਜਿੰਨੇ ਸਾਨ ਨਾਵਾਂ ਨੇ ਸਾਰੇ ਖੀਸੇ ਚ ਹੋਈਆਂ ਬੈਗ ਚ ਹੋਏਗੀ ਅਸਲਾਮ ਵਾਲੇਕਮ ਜੀ ਤੇ ਚੜ੍ਹਦੇ ਪੰਜਾਬ ਦੇ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਉਸਤਾਦ ਸੁਲੇਮਾਨ ਤੁਹਾਡੀ ਖਿਦਮਤ 'ਚ ਹਾਜ਼ਰ ਹੋਇਆ ਜੀ ਦੁਬਾਰਾ ਨਵੇਂ ਉਸਤਾਦ ਦੇ ਨਾਲ ਬਹੁਤ ਅੱਛੇ ਖਿਲਾੜੀ ਨੇ ਬਹੁਤ ਲੈਜੈਂਡ ਖਿਲਾੜੀ ਨੇ ਔਰ ਬਹੁਤ ਨਾਂ ਇਹਨਾਂ ਦਾ ਪੂਰੀ ਦੁਨੀਆ 'ਚ ਮਸਕਤ ਅਤੇ ਬੜੀ ਕਈ ਜਗ੍ਹਾ 'ਤੇ ਜੀ ਸਾਊਦੀ ਅਰਬ ਦੁਬਈ ਜੇ ਉਹ ਬਾਕੀ ਕਾਫੀ ਮੁਲਕਾਂ 'ਚ ਬਾਕੀ ਇਹਨਾਂ ਕੋਲ ਆਪਣੀਆਂ ਗੱਲਾਂ ਇਹਨਾਂ ਕੋਲ ਪੁੱਛਾਂਗੇ ਮਲਕ ਮੁਬਸ਼ਰ ਖੋਖਰ ਸਾਹਿਬ ਨੇ ਬਹੁਤ ਅੱਛੇ ਖਿਲਾੜੀ ਨੇ ਔਰ ਬਹੁਤ ਦੀਦ ਖੋਰੇ ਔਰ ਬਹੁਤ ਪਿਆਰ ਵਾਲੇ ਜਾਤੀ ਉਮਰਾ ਲਾਹੌਰ 'ਚ ਹੀ ਆਉਂਦਾ ਜ਼ਿਲ੍ਹਾ ਲਾਹੌਰ ਹੀ ਆਏਗਾ ਲਾਹੌਰ ਇਹ ਅਤੇ ਰਾਈਵਿੰਡ ਦੇ ਕਰੀਬ ਹੈ ਜਾਤੀ ਉਮਰਾ ਉੱਥੇ ਅਤੇ ਵੇਖੋ ਜੀ ਇਹਨਾਂ ਨਾਲ ਤੁਹਾਡੇ ਨਾਲ ਜਿਵੇਂ ਵਾਅਦਾ ਕੀਤਾ ਸਾਰੇ ਦੋਸਤਾਂ ਨਾਲ ਕਿ ਜਿਹੜੇ ਮੇਰੇ ਨਾਲ ਜੁੜੇ ਨੇ ਕਿ ਅਸੀਂ ਅੱਛੇ ਤੋਂ ਅੱਛੇ ਉਸਤਾਦ ਦਾ ਅਤੇ ਅੱਛੇ ਤੋਂ ਅੱਛੇ ਕਬੂਤਰ ਪਰਵਰ ਦਾ ਤੁਹਾਨੂੰ ਸ਼ੌਕ ਕਰਾਵਾਂਗੇ ਔਰ ਉਹਨਾਂ ਦੀਆਂ ਗੱਲਾਂ ਤੁਹਾਨੂੰ ਸੁਣਾਵਾਂਗੇ ਕਿਉਂਕਿ ਤੁਹਾਡਾ ਫਾਇਦਾ ਹੋਣਾ ਚਾਹੀਦਾ ਕਿਉਂਕਿ ਤੁਹਾਨੂੰ ਅਗਰ ਫਾਇਦਾ ਹੋਏਗਾ ਤਾਂ ਤੁਸੀਂ ਕਾਮਯਾਬ ਹੋ ਅਤੇ ਤੁਸੀਂ ਵੀਰ ਹੋ ਸਾਡੇ ਛੋਟੇ ਨਵੇਂ ਜਿਹੜੇ ਜਿੰਨੇ ਵੀ ਕਬੂਤਰ ਪਰਵਰ ਨੇ ਅਤੇ ਇਹ ਤਾਂ ਮਾਸ਼ਾਅੱਲਾ ਬਹੁਤ ਵੱਡੇ ਖਿਲਾੜੀ ਨੇ ਮੁਬਸ਼ਰ ਖੋਖਰ ਸਾਹਿਬ ਸਾਹ ਜੀ ਸਲਾਮ ਅਲੈਕੁਮ ਵਾਲੇਕੁਮ ਸਲਾਮ ਸਾਹ ਜੀ ਕੀ ਹਾਲ ਚਾਲ ਹੈ ਬਾਕੀ ਗੱਲਾਂ ਤੁਹਾਡੇ ਕੋਲ ਕਾਫੀ ਸਾਰੀਆਂ ਕਰਾਂਗੇ ਅਤੇ ਮਜ਼ਾ ਵੀ ਆਏਗਾ ਦੁਨੀਆ ਨੂੰ ਵੀ ਅਤੇ ਤੁਹਾਨੂੰ ਵੀ ਇਨਸ਼ਾਅੱਲਾ ਮਜ਼ਾ ਆਏਗਾ ਤੁਸੀਂ ਸਾਨੂੰ ਟਾਈਮ ਦਿੱਤਾ ਅਤੇ ਸਾਹ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਪੁੱਛਾਂਗਾ ਤੁਹਾਡੇ ਕੋਲੋਂ ਕਿ ਤੁਹਾਨੂੰ ਕਬੂਤਰ ਪਰਵਰੀ ਕਿਹੜੀ ਉਮਰ 'ਚ ਲੱਗੀ ਅਤੇ ਕਿੰਨੀ ਤੁਹਾਡੀ ਤਲੀਮ ਹੈ ਅਤੇ ਕਿੱਥੋਂ ਇਹ ਸ਼ੁਰੂ ਹੋਇਆ ਸ਼ੌਕ ਵੀ ਕਬੂਤਰਬਾਜ਼ ਮੈਂ ਬਚਪਨ 'ਚੋਂ ਹੀ ਮੈਨੂੰ ਸ਼ੌਕ ਸੀ ਅੱਛਾ ਠੀਕ ਹੈ ਅਤੇ ਮੈਂ 3 ਕਲਾਸ 'ਚ ਪੜ੍ਹਦਾ ਸੀ ਜਦੋਂ ਮੈਂ ਇਹਨਾਂ ਨੂੰ ਰੱਖ ਲਿਆ ਸੀ ਅੱਛਾ ਹਾਂਜੀ ਛੋਟਾ ਹੀ ਹੈਗਾ ਸੀ ਮੈਂ ਬਿਲਕੁਲ ਹਲੇ ਅੱਛਾ ਬਸ ਸ਼ੌਕ ਕਰਦਾ ਕਰਦੇ ਆਸਤਾ ਆਸਤਾ ਫਿਰ ਤੁਹਾਨੂੰ ਪਤਾ ਵੱਧਦਾ ਗਿਆ ਸ਼ੌਕ ਠੀਕ ਹੋ ਗਿਆ ਠੀਕ ਹੋ ਗਿਆ ਅਤੇ ਉਸਤਾਦ ਜੀ ਤਲੀਮ ਤੁਹਾਡੀ ਕਿੰਨੀ ਹੈ ਤਲੀਮ ਜੀ ਮੈਂ 8ਵੀਂ ਤੱਕ ਪੜ੍ਹਿਆ ਬਸ ਬਾਅਦ 'ਚ ਸਕੂਲ ਛੱਡਤਾ ਕਬੂਤਰਾਂ ਕਬੂਤਰਾਂ ਦੇ ਪਿੱਛੇ ਕਬੂਤਰਾਂ ਪਿੱਛੇ ਕਬੂਤਰਾਂ ਪੜ੍ਹਨ ਹੀ ਨਹੀਂ ਦਿੱਤਾ ਠੀਕ ਹੋ ਗਿਆ ਹਾਂਜੀ ਅੱਛਾ ਛੋਟੀ ਉਮਰ 'ਚ ਤੁਸੀਂ ਲੱਗ ਗਏ ਕਬੂਤਰ ਪਰਵਰੀ 'ਚ ਅਤੇ ਉਸਤਾਦ ਜੀ ਤੁਸੀਂ ਜਦੋਂ ਕਬੂਤਰ ਉਡਾਉਂਦੇ ਰਹੇ ਜਦੋਂ ਘਰ 'ਚ ਰੱਖੇ ਨੇ ਜਾਂ ਕਿਸੇ ਦੋਸਤ ਕੋਲ ਕਰਦੇ ਨਹੀਂ ਜੀ ਮੈਂ ਘਰ ਹੀ ਰੱਖੇ ਨੇ ਸ਼ੁਰੂ ਤੋਂ ਘਰ ਹੀ ਰੱਖੇ ਨੇ ਅੱਛਾ ਘਰ 'ਚ ਬਚਪਨ 'ਚ ਨਾ ਬਸ ਮੇਰੇ ਵਾਲਦ ਸਾਹਿਬ ਘਰ ਦੇ ਖੁਸ਼ ਨਹੀਂ ਸੀ ਕਿਉਂਕਿ ਸਾਡੇ ਮਤਲਬ ਨਾਨਕੇ ਦਾਦਕੇ ਕਿਸੇ ਨੇ ਵੀ ਕਬੂਤਰ ਨਹੀਂ ਰੱਖੇ ਕਿਸੇ ਨੂੰ ਸ਼ੌਕ ਨਹੀਂ ਹੈਗਾ ਠੀਕ ਹੋ ਗਿਆ ਬਸ ਮੈਂ ਕੁਦਰਤੀ ਸ਼ੌਕ ਹੁੰਦਾ ਮੈਨੂੰ ਸ਼ੌਕ ਪੈ ਗਿਆ ਪੈ ਗਿਆ ਠੀਕ ਹੋ ਗਿਆ ਮਤਲਬ ਇਹਨੇ ਤਾਂ ਮੈਂ ਬੜੀ ਮਿਹਨਤ ਕੀਤੀ ਰੱਖੇ ਹਰ ਬੰਦੇ ਨੇ ਲੇਕਿਨ ਮੇਰੇ ਜਿੰਨੀ ਮਿਹਨਤ ਨਹੀਂ ਹੋਈ ਉਹਨੇ ਕਿਉਂਕਿ ਬਚਪਨ 'ਚ ਛੋਟਾ ਸੀ ਕਬੂਤਰਾਂ ਦਾ ਸ਼ੌਕ ਸੀ ਡੇਲੀ ਕੁੱਟ ਪੈਣੀ ਮਾਰ ਪੈਣੀ ਸਕੂਲ ਜਾਣਾ ਤਦ ਵੀ ਇਹ ਸੋਚਣਾ ਕਿ ਘਰ ਜਾਵਾਂਗਾ ਕਬੂਤਰ ਉਡਾਵਾਂਗਾ ਮਤਲਬ ਦਿਮਾਗ ਦੇ ਵਿੱਚ ਫਿੱਟ ਹੋ ਗਿਆ ਨਾ ਅਤੇ ਕੁਛ 4-5-7 ਸਾਲ ਤੋਂ ਸਮਝ ਲਓ ਕਿ ਮੈਂ ਰੱਖਦਾ ਸੀ ਅਤੇ ਕੁੱਟ ਖਾ ਖੂ ਕੇ ਕਦੀ ਲੜ ਪੈਣਾ ਕਦੀ ਰੱਖ ਲੈਣਾ ਮਤਲਬ ਇੰਝ ਦਾ ਸਿਸਟਮ ਰਿਹਾ ਠੀਕ ਹੋ ਗਿਆ ਠੀਕ ਹੋ ਗਿਆ ਫਿਰ ਘਰਦਿਆਂ ਨੇ ਥੱਕ ਹਾਰ ਕੇ ਉਹਨਾਂ ਕਿਹਾ ਜੀ ਇਹਨੇ ਨਹੀਂ ਛੱਡਣੇ ਫਿਰ ਮੈਨੂੰ ਮੇਰੇ ਅੱਬੂ ਨੇ ਕਿਹਾ ਚੱਲ ਤੂੰ ਰੱਖਣੇ ਨੇ ਤਾਂ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਰੱਖ ਠੀਕ ਹੋ ਗਿਆ ਠੀਕ ਹੋ ਗਿਆ ਜਾਂ ਇਹਨਾਂ ਨੂੰ ਛੱਡਦੇ ਕਿਉਂਕਿ ਚੋਰੀ ਛੁੱਪੇ ਜੀ ਮੈਂ ਜਦੋਂ ਉਹਨਾਂ ਘਰਦਿਆਂ ਨਾਲ ਲੁੱਕ ਜਾਣਾ ਕਬੂਤਰ ਬੰਦ ਕਰਦੇ ਨੇ ਫਿਰ ਉਹਨੇ ਮੈਨੂੰ ਇੱਕ ਦਿਨ ਬਿਠਾ ਕੇ ਉਹਨੂੰ ਕਿਹਾ ਜਾਂ ਇਹਨਾਂ ਨੂੰ ਛੱਡ ਦੇ ਜਾਂ ਚੰਗੀ ਤਰ੍ਹਾਂ ਰੱਖ ਲਾ ਤੈਨੂੰ ਪਤਾ ਹੋਵੇ ਤੂੰ ਰੱਖੇ ਨੇ ਸਾਨੂੰ ਵੀ ਪਤਾ ਤੂੰ ਰੱਖੇ ਰਾਂਝਾ ਰਾਜ਼ੀ ਕਰ ਲਾ ਉਹਨੂੰ ਕਿਹਾ ਰਾਂਝਾ ਰਾਜ਼ੀ ਕਰ ਲਾ ਠੀਕ ਹੋ ਗਿਆ ਹਾਂਜੀ ਅਤੇ ਸਾਹ ਜੀ ਜਦੋਂ ਤੁਹਾਡੀ ਬਾਜ਼ੀ ਲੱਗੀ ਪਹਿਲੀ ਬਾਜ਼ੀ ਕਿਹਦੇ ਨਾਲ ਲੱਗੀ ਬਾਜ਼ੀਆਂ ਇੱਥੇ ਸਾਡੇ ਕੋਲ ਹੈ ਮਤਲਬ ਸਾਡੇ ਆ ਸੇਰੀਏ 'ਚ ਆ ਰਾਈਆਂ ਪਿੰਡ ਇੱਥੇ ਇਹਨਾਂ ਨੇ ਉੱਡਦੀਆਂ ਰਹੀਆਂ ਨੇ ਮਤਲਬ 2-3 ਸਾਲ ਇਹਨਾਂ ਨੂੰ ਉੱਡਿਆ ਫਿਰ ਸ਼ੁਰੂ ਤੋਂ ਬਚਪਨ 'ਚ ਹੀ ਬਚਪਨ 'ਚ ਹੀ
ਉਦੋਂ ਉਸਤਾਦ ਫੜਿਆ ਮੈਂ ਜਦੋਂ ਮੈਂ ਤੁਹਾਨੂੰ ਦੱਸਣਾ ਨਾ ਜਦੋਂ ਮੇਰੀ ਇਹਨਾਂ ਨਾਲ ਬਾਜ਼ੀ ਲੱਗੀ ਨਾ ਉਦੋਂ ਮੈਂ ਉਸਤਾਦ ਨਹੀਂ ਸੀ ਫੜਿਆ ਮੈਂ ਸਕੂਲੋਂ ਆਉਣ ਡਿਆ ਅਤੇ ਬਾਜ਼ੀ ਉੱਡੀ 12 ਵੀ ਨਾ ਕਬੂਤਰ ਬਹਿਣ ਡਿਆ ਪੂਰਾ ਮਹੱਲਾ ਇਕੱਠਾ ਹੋਇਆ ਬੱਲੇ ਬੱਲੇ ਹੋ ਰਹੀ ਮੈਂ ਕਿਹਾ ਇਹ ਕਿਹੜੀ ਗੱਲ ਮੈਨੂੰ ਮੈਂ ਮਤਲਬ ਮੈਂ ਠੋਕਰ ਤਾਂ ਮੈਨੂੰ ਪਤਾ ਸੀ ਕਬੂਤਰ ਸ਼ਾਮ ਨੂੰ ਬਹਿੰਦੇ ਨੇ ਇੱਥੇ 12ਵੀਂ ਬਹਿ ਕੇ ਬੱਲੇ ਬੱਲੇ ਮੈਂ ਕਿਹਾ ਯਾਰ ਇਹ ਕਿਹੜੀ ਗੱਲ ਬੱਲੇ ਬੱਲੇ ਮੈਨੂੰ ਕਹਿੰਦਾ ਜਾ ਪੁੱਤਰ ਹਲੇ ਜਾ ਕਬੂਤਰ ਰੱਖੇ ਹੀ ਮੈਂ ਕਿਹਾ ਨਹੀਂ ਰੱਖੇ ਤਾਂ ਨਹੀਂ ਹੋਏ ਸ਼ੌਕ ਹੈਗਾ ਉਹਨੂੰ ਕਿਹਾ ਜਾ ਰੱਖ ਜਾ ਕੇ ਅਤੇ ਤੈਨੂੰ ਪਤਾ ਲੱਗੇ ਕਬੂਤਰਬਾਜ਼ੀ ਕੀ ਹੁੰਦੀ ਅੱਛਾ ਮੈਂ ਬਸ ਮੇਰੇ ਦਿਮਾਗ 'ਚ ਗੱਲ ਬਹਿ ਗਈ ਮੈਂ ਕਿਹਾ ਜੀ ਰੱਖਣੇ ਵੀ ਨੇ ਅਤੇ ਤੇਰੇ ਨਾਲ ਬਾਜ਼ੀ ਵੀ ਲਾ ਜਿੰਨੇ ਤੁਹਾਨੂੰ ਕਿਹਾ ਜਾ ਕਾਰ ਜਾ ਅੱਛਾ ਠੀਕ ਹੋ ਗਿਆ ਲਓ ਜੀ ਉਸਤਾਦ ਜੀ ਮੈਂ ਖੈਰ ਬਾਜ਼ੀ ਨਹੀਂ ਲਾਉਂਦਾ ਕਹਿੰਦਾ ਤੂੰ ਬੱਚਾ ਜਾ ਤੂੰ ਮੇਰਾ ਬੇਟਾ ਜਾ ਕੰਮ ਕਾਰ ਕਰ ਜਾ ਕੇ ਕਿਤੇ ਅੱਛਾ ਖੈਰ ਮੈਂ ਕਬੂਤਰ ਰੱਖ ਲੈ ਬੰਦਾ ਕਿਸੇ ਭਾਜੀਆਂ ਦਾ ਉਸਤਾਦ ਸੀ ਉਹਨੂੰ ਕਿਹਾ ਉਸਤਾਦ ਜੀ ਮੇਰੇ ਇਹਨਾਂ ਨਾਲ ਸ਼ੌਕ ਕਰਵਾਓ ਉਹਨਾਂ ਸ਼ੌਕ ਕਰਵਾਇਆ ਇੱਥੇ ਨਾ ਬਾਜ਼ੀਆਂ ਉੱਡਦੀਆਂ ਸੀ 5 ਰੋਜ਼ ਦੀਆਂ ਲਗਾਤਾਰ ਕੋਈ ਡੱਕ ਨਹੀਂ ਡੱਕ ਨਹੀਂ ਡੱਕ ਤੋਂ ਬਗੈਰ ਡੱਕ ਤੋਂ ਬਗੈਰ ਵੇਖੋ ਉਹ ਪੁਰਾਣੇ ਖਿਡਾਰੀ ਸਨ ਉਹ ਮੇਰੇ ਪਿਓ ਦੀ ਉਮਰ ਦਾ ਬੰਦਾ ਸੀ ਅੱਛਾ ਅਤੇ ਇਸ ਤਰ੍ਹਾਂ ਹੋਇਆ ਪਹਿਲੀ ਬਾਜ਼ੀ ਮੈਂ ਜਿੱਤ ਗਿਆ ਦੂਸਰੀ ਉਹ ਜਿੱਤ ਗਿਆ ਤੀਸਰੀ ਮੈਂ ਜਿੱਤ ਗਿਆ ਚੌਥੀ ਉਹ ਜਿੱਤ ਗਿਆ ਫਾਈਨਲ ਉੱਡਿਆ 5ਵੀਂ ਬਾਜ਼ੀ ਮੇਰੀ ਜਿੱਤ ਵਾਰ ਮਾਦੀ ਆਉਣ ਲਈ ਬੈਰੀ ਚੁੱਕ ਕੇ ਲੈ ਗਈ ਮੈਂ ਬਾਜ਼ੀ ਹਾਰ ਗਿਆ ਬਾਜ਼ੀ ਹਾਰ ਗਿਆ ਅਤੇ ਯਾਨੀ ਕਿ ਮੇਰਾ ਪਹਿਲਾ ਸਾਲ ਸੀ ਅੱਛਾ ਉਦੋਂ ਇੰਨੀ ਕਿੰਨੀ ਕੁ ਉਮਰ ਹੋਏਗੀ ਤੁਹਾਡੀ ਉਹ 12-14 ਸਾਲ ਲਾ ਲਓ ਇੰਨੀ ਸਨ ਕਿਹੜੀ ਸੀ ਯਾਦ 98 'ਚ ਮੇਰਾ ਹੈ ਪਹਿਲੀ ਬਾਜ਼ੀ ਮੈਂ ਲਾਈ 90 ਅਤੇ 98 ਠੀਕ ਹੋ ਗਿਆ ਅਤੇ ਉਸ ਤੋਂ ਬਾਅਦ ਅਗਲਾ ਸੀਜ਼ਨ ਆਇਆ ਫਿਰ ਉਹ ਮੇਰੇ ਕੋਲ ਆਪ ਆ ਗਿਆ ਬਾਜ਼ੀ ਲਾਉਣ ਵਾਸਤੇ ਅੱਛਾ ਮੈਂ ਕਿਹਾ ਜੀ ਠੀਕ ਲਓ ਕੋਈ ਗੱਲ ਨਹੀਂ ਉਹ ਪਹਿਲਾ ਸਾਲ ਹੀ ਗਲਤੀ ਨਾਲ ਬੈਰੀ ਦੀ ਵਜ੍ਹਾ ਤੋਂ ਜਿੱਤੇ ਨੇ ਉਹ ਜੇਠ ਹੀ ਸੀ ਬਾਜ਼ੀਆਂ ਜੇਠ ਦੀਆਂ ਸੀ ਬਾਜ਼ੀਆਂ ਸ਼ੁਰੂ ਤੋਂ ਜੇਠ ਖੇਡੇ ਡਾਇਰੈਕਟ ਜੇਠ ਹੀ ਖੇਡਿਆ ਵਸਾਖ ਨੇ ਯਾਰ ਬੜੀ ਗੱਲ ਅੱਛਾ ਜੇਠ ਦੀ ਬਾਜ਼ੀ ਸੀ ਰੋਜ਼ ਦੀਆਂ ਬਾਜ਼ੀਆਂ ਉੱਡਦੀਆਂ ਮਾਸ਼ਾਅੱਲਾ ਮੈਂ 5 ਵਿੱਚੋਂ 3 ਜਿੱਤਣੀਆਂ ਹੁੰਦੀਆਂ ਸੀ ਮੈਂ ਉਸ ਤੋਂ ਅਗਲਾ ਸਾਲ ਆਇਆ ਪਹਿਲੀਆਂ 3 ਜਿੱਤ ਗਿਆ ਫਿਰ ਉਸ ਤੋਂ ਅਗਲਾ ਸਾਲ ਆਇਆ ਉਹਨਾਂ ਬਾਜ਼ੀਆਂ ਤੋਂ ਪਹਿਲਾਂ ਮੈਨੂੰ ਬਾਜ਼ੀਆਂ ਦੇ ਦਿੱਤੀਆਂ ਮੈਂ ਰੈਮੰਡ ਚਲਾ ਗਿਆ ਅੱਛਾ ਬਾਜ਼ੀਆਂ ਉਡਾਈਆਂ ਨੇ ਉਹਨੂੰ ਪਹਿਲਾਂ ਹੀ ਦੇ ਦਿੱਤੀਆਂ ਮਤਲਬ ਇੱਕ ਸਾਲ ਉਹ ਜਿੱਤੇ ਦੂਸਰਾ ਮੈਂ ਜਿੱਤਿਆ ਤੀਸਰਾ ਉਹਨਾਂ ਮੈਨੂੰ ਵੈਸੇ ਫੜਕਾਂ ਵੇਵ ਬੁੱਕ ਇਹਨੇ ਹਿਸਾਬ ਲਾਇਆ ਕਿੰਨੇ ਤੇ ਮੈਂ ਰੈਮੰਡ ਬਾਬੇ ਮੁਸ਼ਤਾਕ ਨਾਲ ਜਾ ਲਾਈਆਂ ਬਾਬਾ ਮੁਸ਼ਤਾਕ ਦਾ ਬੜਾ ਨਾਮ ਮਾਸ਼ਾਅੱਲਾ ਮਾਸ਼ਾਅੱਲਾ ਬੜੇ ਪੁਰਾਣੇ ਖਿਲਾੜੀ ਨੇ ਉੱਥੋਂ ਉਹਨਾਂ ਨਾਲ ਜਾ ਕੇ ਲਾਈਆਂ ਕੀਤਾ ਉਹਨਾਂ ਦਾ ਮੈਂਟਰੀ ਅੱਛਾ ਤੇ ਉੱਥੇ ਅੱਲਾਹ ਤਾਲਾ ਨੇ ਮੈਨੂੰ ਇੱਜ਼ਤ ਦਿੱਤੀ ਬਾਬੇ ਮੁਸ਼ਤਾਕ ਨਾਲ ਡਾਇਰੈਕਟ ਡਾਇਰੈਕਟ ਬਾਬੇ ਮੁਸ਼ਤਾਕ ਨਾਲ ਡਾਇਰੈਕਟ ਬਾਜ਼ੀਆਂ ਲੱਗੀਆਂ ਅਤੇ ਉੱਥੇ ਉੱਥੇ ਬਾਬਾ ਚੈਨ ਬਿਸ਼ਤੀ ਹੁੰਦਾ ਸੀ ਰੈਮੰਡ 'ਚ ਉਹਦੇ ਕੋਲ ਜਿੱਤਿਆ ਅੱਛਾ ਬਾਬੇ ਮੁਸ਼ਤਾਕ ਕੋਲੋਂ ਜਿੱਤਿਆ ਮਾਸ਼ਾਅੱਲਾ ਫਿਰ ਮੈਂ ਠੋਕਰ 'ਤੇ ਚਲਾ ਗਿਆ ਮਾਸ਼ਾਅੱਲਾ ਉਦੋਂ ਜਦੋਂ ਬਾਬੇ ਚੈਨ ਨਾਲ ਬਾਜ਼ੀਆਂ ਲਾਈਆਂ ਨਾ ਉਸ ਦੌਰਾਨ ਮੈਂ ਬਹੁਤ ਤਾਹਰ ਦਾ ਪਾ ਕੇ ਰੋਲ ਦਾ ਸ਼ਗਿਰਦ ਹੋਇਆ ਤੁਸੀਂ ਹਾਂਜੀ ਠੀਕ ਹੋ ਗਿਆ ਅੱਛਾ ਮੁਬਸ਼ਰ ਭਾਈ ਇਹ ਛੋਟੀ ਗੱਲ ਤੁਹਾਨੂੰ ਪੁੱਛਾਂ ਜਦੋਂ ਬਾਬੇ ਮੁਸ਼ਤਾਕ ਨਾਲ ਤੁਹਾਡੀਆਂ ਬਾਜ਼ੀਆਂ ਲੱਗੀਆਂ ਹਾਂਜੀ ਉਦੋਂ ਕੁਛ ਸਨ ਦਾ ਯਾਦ ਜੇ ਬਾਬੇ ਮੁਸ਼ਤਾਕ ਨਾਲ ਬਾਜ਼ੀਆਂ ਮੇਰੇ ਹਾਲ ਉੱਡੀਆਂ ਨੇ ਮੇਰੀਆਂ 2-3-4 ਦੇ ਵਿੱਚ 2-3 ਹਜ਼ਾਰ 4 2002 'ਚ 3-4 'ਚ ਲਾ ਲਓ 5-5 ਯਾਨੀ ਕਿ 5 ਤੀਕਰ ਬਾਜ਼ੀਆਂ ਬਾਬੇ ਮੁਸ਼ਤਾਕ ਨਾਲ ਮੇਰੀਆਂ ਉੱਡੀਆਂ ਨੇ ਅੱਛਾ ਉਸ ਤੋਂ ਬਾਅਦ ਫਿਰ ਮੈਂ ਲਾਹੌਰ 'ਚ ਆ ਗਿਆ 6-7 ਅੱਛਾ ਇਹਨਾਂ ਕੋਲ ਤੁਸੀਂ ਲਗਾਤਾਰ 4 ਸਾਲ ਬਾਬੇ ਮੁਸ਼ਤਾਕ ਨਾਲ ਮੈਂ ਬਾਜ਼ੀਆਂ ਉੱਡਿਆ 5 ਸਾਲ ਠੀਕ ਹੋ ਗਿਆ 1 ਸਾਲ ਮੈਂ ਹਰਿਆ ਸੀ ਠੀਕ ਹੋ ਗਿਆ ਟੋਟਲ ਜਿਹੜੇ ਉਹਨਾਂ ਨਾਲ ਮੇਰੇ ਸਨ ਉੱਡੇ ਨੇ 4 ਸਾਲ ਮੈਂ ਜਿੱਤਿਆ ਸੀ ਬਾਬੇ ਮੁਸ਼ਤਾਕ ਜਿਹੜੀ ਮੈਂ ਬਾਜ਼ੀ ਹਰਿਆ ਸੀ ਮੈਂ 2009 'ਚ ਹਰਿਆ 2009 'ਚ ਮਿਸ਼ਰਫ ਦੌਰ ਤੋਂ ਬਾਅਦ 'ਚ ਠੀਕ ਹੋ ਗਿਆ ਮੁਬਸ਼ਰ ਭਾਈ ਉਸਤਾਦ ਉਦੋਂ ਫੜ ਲਏ ਸੀ ਤੁਸੀਂ ਕਿਹੜੇ ਤੁਸੀਂ ਉਸਤਾਦ ਮੇਰਾ ਮੈਂ ਬਹੁਤ ਤਾਹਰ ਦਾ ਸ਼ਗਿਰਦ ਹੋਇਆ ਸੀ 2000 'ਚ 2001 ਜਾਂ 2001 ਜਾਂ 2000 'ਚ ਪਾਕ ਹੀ ਰੋਲੇ ਜਿਹੜਾ ਪਾਕ ਹੀ ਰੋਲੇ ਠੀਕ ਹੋ ਗਿਆ ਹਾਂਜੀ ਠੀਕ ਹੋ ਗਿਆ ਉਦੋਂ ਕੀ ਤੁਸੀਂ ਉਹ ਰਸਮ ਅਦਾ ਕੀਤੀ ਜਦੋਂ ਸ਼ਗਿਰਦ ਹੋਏ ਉਸਤਾਦ ਜੀ ਨੂੰ ਕੀ ਪੱਗ ਦਿੱਤੀ ਕੀ ਮਤਲਬ ਕਿ ਜਿਵੇਂ ਕੱਪੜੇ ਕੋਈ ਪੂਰਾ ਵੱਡਾ ਪ੍ਰੋਗਰਾਮ ਉਦੋਂ ਨਾ ਠੋਕਰ ਤੋਂ ਅਗਲੀ ਸਾਈਡ 'ਤੇ ਨਾ ਸ਼ਾਦੀ ਵਾਲਾ ਹੈਗਾ ਸੀ ਛਾਉਣੀ ਦੇ ਸਾਹਮਣੇ ਅੱਛਾ ਉੱਥੋਂ ਇੱਧਰਲੇ ਪਾਸੇ ਠੀਕ ਹਾਂਜੀ ਉਦੋਂ ਜਦੋਂ ਨਾ ਉਸਤਾਦੀ ਪੱਗ ਬਹੂ ਨੂੰ ਜਦੋਂ ਉਸਤਾਦੀ ਪੱਗ ਮਿਲੀ ਨਾ ਜੀ 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 ਉਦੋਂ ਨਾਲ ਉਹਨੇ ਮੈਨੂੰ ਸ਼ਗਿਰਦ ਕਰ ਹੁਣ ਤਾਂ ਸਾਡੇ ਕੋਲ ਇੱਥੇ ਹੈਗਾ ਨਾ ਕਿ ਲੱਡੂ ਫੜਿਆ ਅਤੇ ਸ਼ਗਿਰਦ ਕਰ ਲਿਆ ਬਿਲਕੁਲ ਸਹੀ ਗੱਲ ਉਦੋਂ
मेरे उस्ताद ने मेरे सिर च पग बन्नी सी, मतलब जेडे दो तीन चार शागिर्द सारयां नूं पग बन्नी सी। वेरी गुड, अच्छा ठीक हो गया। उदो कुछ होर तरह दी रस्म होण तां एवें होणा, मतलब आसान तरीका होवे, फड़िया लड्डू चल 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 मोजे पाया जा चल साइड ते जा वे की ठीक हो गया। उदो कोई होर तरीका कर सी सही ते अच्छा उन्हां नूं फड़ लिया उस्ताद, फिर बाबे मुश्ताक दे नाल उसे दौरान उस तो बाबे मतलब जदों मैं शागिर्द होया ना उन्हां ठीक हो गया। उन्होंने शागिर्दी तो बाद भी मैं उन्होंने उड्या चार साल, उस तो पहले एक साल उड्या से ठीक हो गया। ठीक है, उदे दौरान कोई बदलाव आया ताडी जिंदगी जेके वेखो वेखो जदों जदों भी वड्डे मैं तुहानू दसना ना, जदों मैं आप शौक स्टार्ट किया मैं तो बच्चा से मैंने अकल उकल नहीं सी जी बिल्कुल सही। असल मेरे कबूतरबाजी का निखार कबूतरबाजी का शौर उस्तादी शागिर्दी तो बाद आया, इधरों आया इधरों आया ठीक हो गया। देखो अज भी मेरे को जिहड़े कबूतर ने या कबूतरबाजी मैं स्टार्ट लिया सी या कबूतरबाजी सारा जो सिखिया सिखाया सी, मतलब कबूतरबाजी के माशरे च बहन उठन का वल मैनू इन्हों ने दसिया, इन्हें दी सूझबूझ इन्हें दी सूझबूझ मैनू इन्हों को ही आई। वेरी गुड ठीक है ठीक हो गया। हाँ जी अच्छा उस्ताद जी एक होर गल दसो, फिर तुम लाहौर नू निकले हो। हाँ जी लाहौर दे विच किदे किदे नाल बाजियां लगियां और किहड़ा उह गुस्सा नूं? लाहौर दे विच मैं तकरीबन मियां नज़ीर पार्टी दे जिस जिस बंदे नाल बाजियां सारा लाहौर इकट्ठा उठदा सी, 30-30 घरां नाल 29 घरां नाल 28 घरां नाल बाजी उठदी रही। ठीक हो गया ठीक हो गया, अलहमदुलिल्लाह अल्लाह ताला ने इज्जत दित्ती माशाल्लाह माशाल्लाह। 2007 दे विच पहली दफा मेरा ख्याल लाख वाला कप होया 2007 च ठीक हो गया। वो भी अल्लाह ताला मैं लाहौर चैंपियन होया सी, मैं मतलब बहरीन कप उड्डिया सी, होर भी काफ़ी सारे कप सन ठीक हो गया। 2010 दे विच नहीं 2007 च चैंपियन हो गए तुसी हो गया, अगों फिर 8 च बाजियां लगियां सी कपां च पोजीशन नहीं सी आई, बाजियां में सारियां जित गया सी ठीक हो गया। फिर 2009 दे विच कोई एडा खास रिजल्ट नहीं आया। अच्छा ठीक हो गया, नॉर्मल रिजल्ट लिया रहा। उधर जी की कमी रह गई, कमी ये रह गई ना क्योंकि इतने ना मेरे लागे ना मेरा शागिर्द सी उधिया किसी बंदे ना बाजियां लग गई तो थोड़े ना वाह वाह समझ लो गर्मी सर्दी दी सी ठीक है। मैं उधर छत से कबूतर डालन लग पाया, मैं अपने कबूतर आके कढ़े पहली जेठ नू पंद्रह भी मैं तुम दस दिया, मैं ना बाबे मुश्ताक को गया जाके बैठा तो कोई फौतगी हुई सी तो मैं ताजियत वास्ते गया तो मैं बाबे मुश्ताक का चेहरा वेख के मेरे दिल च गल आई कि यार ये बंदा मेरे को एक बार जित भी जाता तो केड़ी गल सी, बजुर्ग बंदा बजुर्ग बंदा है ओह साल ही मेरे को जित गया बड़ी ताडे दिल दी आवाज सी ना अंदर मेरे को बड़ी गल है बड़ी गल मेरे को जित गया ठीक है। अगो 2010 आया, 2010 च लाहौर च उड्डे ने 11 कबूतर। अच्छा 11 कबूतर 7 कप च आंदे सी ਤੇ ਬਾਜ਼ੀਆਂ 11 ਕਬੂਤਰਾਂ ਦੀਆਂ ਉੱਡੀਆਂ ਠੀਕ ਹੋ ਗਿਆ। ਬਾਜ਼ੀਆਂ ਮਤਲਬ 7 ਹੀ ਸਨ, ਕਬੂਤਰ 11 ਉੱਡੇ, ਕਬੂਤਰ 11 ਉੱਡੇ ਠੀਕ ਹੋ ਗਿਆ। 2010 'ਚ ਮੈਂ ਲਾਹੌਰ ਚੈਂਪੀਅਨ ਹੋ ਗਿਆ, ਟੋਟਲ ਸਾਰੇ ਕੱਪ ਸ਼ਾਪ ਹਰ ਸ਼ਾਇਦ ਜਿੱਤ ਗਿਆ, ਬਾਜ਼ੀਆਂ ਵੀ ਟੋਟਲ ਜਿੱਤ ਗਿਆ ਮਾਸ਼ਾਅੱਲਾ। 2010 'ਚ 2010 ਠੀਕ ਹੋ ਗਿਆ। 2010 ਅੱਗੋਂ 11 ਆ ਗਿਆ, 11 'ਚ ਮੇਰੀਆਂ 11 12 13 ਪਿਪਲਾਂ ਲੈਣਾ ਬਾਜ਼ੀਆਂ ਲੱਗ ਗਈਆਂ ਮੀਰ ਮੁਖਤਿਆਰ ਸਾਹਿਬ ਨਾਲ, ਨਹੀਂ ਕਮਰ ਜ਼ਮਾਨ ਖਾਨ ਨਾਲ, ਅਮੀਰ ਆਜ਼ਮ ਖਾਨ ਨਾਲ। ਅੱਛਾ ਅੱਛਾ ਜਿਹੜੇ ਉਹਨਾਂ ਦੇ ਉਹਨਾਂ ਨਾਲ ਮੇਰੀਆਂ ਬਾਜ਼ੀਆਂ ਲੱਗ ਗਈਆਂ ਠੀਕ ਹੋ ਗਿਆ। 2011 ਮੇਰੇ ਕੋਲੋਂ ਜਿੱਤ ਗਿਆ, 2012 ਮੈਂ ਜਿੱਤ ਗਿਆ, 13 ਬਰਾਬਰ ਹੋ ਗਿਆ, ਮਤਲਬ ਸਾਡੀ ਬਾਜ਼ੀ ਬਰਾਬਰ ਹੋ ਗਈ ਠੀਕ ਹੋ ਗਿਆ ਠੀਕ ਹੋ ਗਿਆ। ਅਤੇ ਉਸ ਤੋਂ ਬਾਅਦ ਫਿਰ ਲਾਹੌਰ 'ਚ ਚੱਲ ਸੋ ਚੱਲੀ, ਦੁਬਾਰਾ ਨਹੀਂ ਉਹਨਾਂ ਨੂੰ ਲੱਗੀ? ਨਹੀਂ ਦੁਬਾਰਾ ਨਹੀਂ, ਮਤਲਬ ਉਹ ਖਤਮ ਹੋ ਗਈ ਨਾ ਦੁਬਾਰਾ। ਬਾਹਰ ਤੁਸੀਂ ਕਿਤੇ ਕਿਤੇ ਨਾ ਉਡਾਈਆਂ? ਲਾਹੌਰੋਂ ਬਾਹਰ ਮੈਂ 2018 'ਚ ਆਸ਼ਕ ਹੁਸੈਨ ਨਾਲ ਉੱਡਿਆ ਸਿਆਲਕੋਟ, ਸਿਆਲਕੋਟ ਠੀਕ ਹੋ ਗਿਆ। ਅਤੇ ਪਿਪਲਾਂ ਵਾਲਿਆਂ ਨਾਲ ਉੱਡਿਆ ਮੈਂ ਇੱਥੋਂ ਹੀ 2018 ਕਬੂਤਰ ਡਾਂਦੇ ਸਨ ਜਾਂ ਮੈਂ ਉੱਥੋਂ ਮਤਲਬ ਨਾ ਜਾਣਾ ਕਬੂਤਰਬਾਜ਼ੀ ਨਾਲ ਜਿਹੜੀ ਸਾਂਭ ਸੂ ਮੈਂ ਉਹਨਾਂ ਲਈ ਕਰਦਾ ਸੀ ਠੀਕ ਹੋ ਗਿਆ, ਰੱਖ ਰਖਾਅ ਮੇਰੇ ਕੋਲ ਉਹਨਾਂ ਵਾਲਾ ਸੀ ਠੀਕ ਹੋ ਗਿਆ, ਡਾਊਨ ਵਾਲਾ ਸਿਸਟਮ ਮੈਂ ਆਪ ਹੀ ਲਾਉਂਦਾ ਸੀ ਸ਼ੁਰੂ ਤੋਂ। ਦੁਬਾਰਾ ਤੁਸੀਂ ਆਪਣਾ ਹੀ ਦਿੱਤਾ? ਆਪਣਾ ਹੀ ਦਿੰਦੇ ਰਹੇ। ਕਿਸੇ ਵਕਤ ਵੇਖਿਆ ਨਾ ਫਸ ਗਈ ਹੈ ਕਬੂਤਰ ਨਹੀਂ ਉੱਡ ਰਿਹਾ ਜਾਂ ਨਹੀਂ ਸਮਝ 'ਚ ਆ ਗਿਆ ਕੋਈ ਉਹਨਾਂ ਕੋਲੋਂ ਲੈ ਆਉਂਦਾ, ਕਿਆ ਮੇਰਾ ਕਬੂਤਰ ਨਹੀਂ ਉੱਡ ਰਿਹਾ ਇਹਨੂੰ ਡਾਲ ਦਿਓ। ਠੀਕ ਠੀਕ ਠੀਕ।
ਜਿਹੜਾ ਉਹ ਤੁਹਾਨੂੰ ਤੁਹਾਡੇ ਕੋਲੋਂ ਆਪਣਾ ਫਾਰਮੂਲਾ ਜ਼ਾਰੀ ਕਰ ਰਿਹਾ, ਉਹ ਦੇਸੀ ਸੀ ਕਿ ਵਲੈਤੀ ਸੀ? ਉਹ ਜੀ ਜ਼ਿਆਦਾ ਦੇਸੀ, ਸਮਝ ਲਓ ਤੁਸੀਂ ਕਿ 95% ਦੇਸੀ, 5% ਮੈਡੀਸਨ। 95% ਦੇਸੀ, 5% ਮੈਡੀਸਨ। ਉਹਦਾ ਥੋੜ੍ਹਾ ਜਿਹਾ ਵਾਧਿਆ ਕਰੋਗੇ ਕਸਤੂਰੀ ਜ਼ਾਫਰਾਨ? ਨਹੀਂ ਜੀ ਨਹੀਂ, ਉਹ ਤਾਂ ਵੇਖੋ ਨਾ, ਜ਼ਾਫਰਾਨ ਹੈ ਵੇ, ਠੀਕ, ਕਸਤੂਰੀ ਕੋਈ ਨਹੀਂ ਹੈ, ਕਸਤੂਰੀ ਦਾ ਤਾਂ ਐਵੇਂ ਨਾ ਹੀ ਹੈ, ਕਸਤੂਰੀ ਕੋਈ ਵੀ ਨਹੀਂ। ਮਹਿੰਗੀ ਬੜੀ ਹੋ ਗਈ, ਨਹੀਂ ਮਹਿੰਗੀ ਵੀ ਪਹਿਲੀ ਗੱਲ, ਅਸਲੀਅਤ ਦਾ ਕਿਸੇ ਨੂੰ ਪਤਾ, ਅਸਲ ਹੈ ਕਿ ਨਕਲ? ਅਸਲ ਹੈ ਕਿ ਨਕਲ? ਚੰਦ ਲੋਕ ਹੋਣਗੇ ਵੱਡੇ ਕੋ ਪੁਰਾਣੇ ਉਸਤਾਦ ਜਿਨ੍ਹਾਂ ਦੇ ਹੱਥਾਂ 'ਚ ਆਈ ਹੋਣੀ, ਤਾਂ ਉਹਨਾਂ ਨੂੰ ਪਤਾ ਹੋਏਗਾ, ਠੀਕ ਹੋ, ਵੀ ਕਮ ਅਜ਼ ਕਮ ਮੇਰੀ ਉਮਰ ਵਾਲੇ ਉਸਤਾਦਾਂ ਨੂੰ ਨਹੀਂ ਪਤਾ ਕਸਤੂਰੀ ਅਸਲ ਕਿਹੜੀ ਹੁੰਦੀ, ਠੀਕ ਹੈ, ਅਤੇ ਨਾ ਅਸੀਂ ਕਦੀ ਉਹ ਦਿੱਤੀ ਹੈ, ਠੀਕ ਹੈ। ਝੂਠੀ ਗੱਲ ਹੈ ਵੀ ਅੱਜ 1,00,000 ਦੀ ਮਜੂਨ ਬਣ ਗਈ ਅਤੇ 2,00,000 ਦੀ ਬਣ ਗਈ, ਸਾਡੇ ਕੋਲ ਤਾਂ ਨਹੀਂ ਬਣੀ ਹੈ ਜੀ। ਕਿੰਨੇ ਕੁ ਦੀ ਬਣਾਉਂਦੇ ਰਹੇ ਉਹਨੂੰ? ਅਸੀਂ ਤਾਂ ਐਵੇਂ ਸਸਤੀ ਜੀ, ਸਾਡੀ ਤਾਂ 5-7,000 ਨਾਲ ਕਬੂਤਰਬਾਜ਼ੀ ਹੋ ਜਾਂਦੀ ਸੀ। ਅੱਛਾ ਵਾਹ। ਅੱਛਾ ਉਹ ਤੁਹਾਨੂੰ ਕਿਵੇਂ ਉਹ ਚੀਜ਼ਾਂ ਦਾ ਕਿਵੇਂ ਪਤਾ ਲੱਗਾ? ਉਹ ਚੀਜ਼ਾਂ ਦਾ ਇਸ ਤਰ੍ਹਾਂ ਵੇਖੋ, ਮੇਰੇ ਤੋਂ ਪਹਿਲਾਂ ਮੇਰੀ ਉਮਰ ਦੇ ਵਿੱਚ ਆ ਕੇ ਨਾ, ਠੀਕ ਹੈ, ਉਹਨਾਂ 'ਚ ਮੇਰੀ ਮੇਰੇ ਨਾਲ ਦੇ ਇੱਕ ਅੱਧੇ ਦੋ ਬੰਦੇ ਹੋਣਗੇ, ਬਾਕੀ ਮੇਰੇ ਤੋਂ ਸਾਰੇ ਸੀਨੀਅਰ ਨੇ। ਠੀਕ, ਪੂਰਾ ਲਾਹੌਰ ਹੀ ਮੇਰੇ ਤੋਂ ਸੀਨੀਅਰ ਸੀ ਜਿਹੜਾ ਉੱਠਦਾ ਸੀ। ਬੜੀ ਗੱਲ, ਠੀਕ ਹੈ। ਮੈਂ ਸਾਰਿਆਂ ਤੁਹਾਡੇ ਕੋਲ ਜੀ ਉਸਤਾਦ ਜੀ, ਉਸਤਾਦ ਉਸਤਾਦ ਬਹਿਣ, ਮਤਲਬ ਕੁਛ ਤੁਹਾਡਾ ਤੁਹਾਡਾ ਤੁਹਾਡਾ, ਉਹ ਸਾਰਿਆਂ ਦਾ ਕਰਕੇ ਆਪਣਾ ਜੋੜ ਤੋੜ ਕੱਢ ਲਿਆ। ਕਬੂਤਰ ਮੈਂ ਡਾਂਦਾ ਸੀ, ਲੈਬਾਰਟਰੀ ਮੇਰੇ ਕੋਲ ਸੀ, ਟੈਸਟ ਹੁੰਦਾ ਰਹਿੰਦਾ ਸੀ ਕਿਹੜਾ ਕਿੱਥੇ ਕੀ ਕਰੇਗਾ, ਕਿਹੜਾ ਕਿੱਥੇ ਕੀ ਕਰੇਗਾ। ਮਿਹਨਤ ਬੜੀ ਕੀਤੀ, ਮਿਹਨਤ ਬੜੀ ਕੀਤੀ, ਅਸਲ ਜਿੱਥੇ ਵੇਖਿਆ ਫਸ ਜਾਂਦੀ ਹੈ ਉੱਥੇ ਉਸਤਾਦ ਕਿਹਾ ਸਤਾਦ ਜੀ ਹੁਣ ਨਹੀਂ ਉੱਠਦੇ ਪੈਣਾਂ ਨੂੰ, ਤੁਸੀਂ ਡਾ ਦਿਓ ਆਹੋ ਜ਼ਰਾ ਇੱਧਰ, ਹਾਂ ਇੱਥੇ ਡਾ ਦਿਓ, ਠੀਕ ਹੋ ਗਿਆ। ਵੀ ਫਸੀ ਜਿਹੜੀ ਹੁੰਦੀ ਸੀ ਉਹ ਮੇਰੀ ਕੱਢ ਦਿੰਦੇ ਹੁੰਦੇ, ਕੱਢ ਦਿੰਦੇ ਸਨ, ਅਤੇ ਜੇ ਆਪਣੇ ਪੁੱਡੀ ਜਾਂਦੇ ਤਾਂ ਵੀ ਨਹੀਂ ਪੁੱਛਦੇ ਜਾਂਦੇ, ਚੱਲ ਠੀਕ ਮਾਸ਼ਾ ਅੱਲਾਹ ਲੱਗਾ ਰਹਿੰਦੇ, ਲੱਗਾ ਰਹਿੰਦਾ ਅੱਛੇ ਉੱਠਦੇ ਪਏ, ਠੀਕ ਹੋ ਗਿਆ, ਠੀਕ ਹੋ ਗਿਆ। ਕੋਈ ਉਸਤਾਦ ਜੀ ਯਾਦਗਾਰ ਕੋਈ ਐਸੀ ਬਾਜ਼ੀ ਹੋਈ ਜਿਹੜੀ ਤੁਹਾਨੂੰ ਅੱਜ ਤੱਕ ਨਾ ਭੁੱਲਦੀ ਹੋਏ? ਮੈਂ ਤੁਹਾਨੂੰ ਇਹ ਗੱਲ ਦੱਸਾਂ, 1-2 ਸਾਲਾਂ ਤੋਂ ਨੂੰ ਕੱਢ ਕੇ ਨਾ, ਹਰ ਸਾਲ ਹੀ ਕੋਈ ਨਾ ਕੋਈ ਯਾਦਗਾਰ ਹੀ ਹੁੰਦੀ। ਅੱਛਾ, ਮਾਸ਼ਾ ਅੱਲਾਹ। ਹਰ ਸਾਲ ਕੋਈ, ਮਤਲਬ ਕੋਈ ਇੰਜ ਕਦੀ ਨਹੀਂ ਹੋਇਆ ਕਿ ਮੇਰਾ ਚੈਂਪੀਅਨ ਕਬੂਤਰ ਜ਼ਾਇਆ ਹੋ ਗਿਆ ਅਤੇ ਅਗਲੇ ਸਾਲ ਮੈਨੂੰ ਉਹਦੀ ਯਾਦ ਆਈ ਹੋਵੇ ਕਿ ਆਇਆ ਕਿਤੇ ਉਹ ਹੁੰਦਾ, ਉਦੋਂ ਡਬਲ ਚੰਗਾ ਆ ਗਿਆ, ਉਸ ਤੋਂ ਵੀ ਚੰਗਾ। ਹਾਂਜੀ, ਠੀਕ ਹੋ ਗਿਆ। ਅੱਛਾ, ਫਿਰ ਤੁਹਾਨੂੰ ਉਸਤਾਦ ਦੀ ਪੱਗ ਤੁਹਾਨੂੰ ਕਿਹੜੇ ਸਮਝ ਮਿਲੀ? 2010 'ਚ ਜਦੋਂ ਮੈਂ ਲਾਹੌਰ ਚੈਂਪੀਅਨ ਹੋਇਆ। ਤੁਸੀਂ ਨਖਾਰ ਤੇ ਆ ਗਿਆ ਤੁਹਾਨੂੰ ਉਸਤਾਦ ਫੜਨ, ਫਿਰ ਉਸ ਤੋਂ ਬਾਅਦ ਦੇ ਵਿੱਚ ਹੁਣ ਕਿਹੜਾ ਕੋਈ ਐਸਾ ਟਫ ਮੁਕਾਬਲਾ, ਜਾਂ ਤੁਸੀਂ ਜ਼ਿਹਨ 'ਚ ਇੱਧਰ ਰੱਖੋ, ਕਦੀ ਕੋਈ ਐਸੀ ਗੱਲ ਆ ਗਈ ਕਿ ਯਾਰ ਮੈਂ ਕਿਹੜੇ ਕੰਮ ਲੱਗ ਗਿਆ, ਕਿ ਯਾਰ ਹੁਣ ਔਖਾ ਕੰਮ ਹੋ ਗਿਆ, ਕੋਈ ਆਇਆ ਐਸਾ ਜ਼ਿਹਨ 'ਚ ਕਦੀ? ਨਹੀਂ, ਔਖਾ ਹੁੰਦਾ ਨਾ, ਹਿੰਮਤ ਹਾਰ ਜਾਂਦਾ ਯਾਰ। ਨਹੀਂ, ਮੈਂ ਇਹ ਅੱਲਾਹ ਤਾਲਾ ਦੀ ਦੇਣ ਹੈ, ਅੱਲਾਹ ਤਾਲਾ ਨੇ ਹਿੰਮਤ ਇੰਨੀ ਕੋਈ ਪਾਈ ਇਸ ਸ਼ੌਕ ਦੇ ਵਿੱਚ ਨਾ ਜੀ। ਦੇਖੋ ਹਰ ਬੰਦਾ ਦਾ ਆਪਣਾ, ਮੈਂ ਨਵਾਂ ਇਸ ਸ਼ੌਕ ਦੇ ਵਿੱਚ, ਜਿਹੜੀ ਬਰਦਾਸ਼ਤ ਮੇਰੇ ਕੋਲ ਨਾ ਕਿਸੇ ਬੰਦੇ ਕੋਲ ਨਹੀਂ, ਬਰਦਾਸ਼ਤ ਵੱਡਾ ਕੰਮ, ਬਰਦਾਸ਼ਤ ਬਹੁਤ ਹੈ, ਕਿਉਂਕਿ ਇਹ ਸ਼ੌਕ ਹੈ, ਅਗਰ ਤੁਸੀਂ ਬਰਦਾਸ਼ਤ ਨਹੀਂ ਨਾ ਕਰੋਗੇ ਤੁਸੀਂ ਇਹਨੂੰ ਲੰਮਾ ਚਲਾ ਹੀ ਨਹੀਂ ਸਕਦੇ, ਸ਼ੌਕ ਹੀ ਨਹੀਂ ਕਰ ਸਕਦੇ, ਸ਼ੌਕ ਖਰਾਬ ਹੋ ਗਿਆ, ਕਰ ਨਹੀਂ ਸਕਦੇ। ਇਹਦੇ 'ਚ ਉਤਰਾਅ ਚੜਾਅ ਆਉਂਦੇ ਰਹਿੰਦੇ ਨੇ, ਵੇਖੋ ਪਰਬਾਜ਼ੀ ਹੈ, ਕਿਸੇ ਵੇਲੇ ਕੁਛ ਹੋ ਗਿਆ, ਕਿਸੇ ਵੇਲੇ ਕੁਛ ਹੋ ਗਿਆ, ਸਾਨੂੰ ਅਸਲ 'ਚ ਮਾਰ ਪੈਂਦੀ ਮੌਸਮਾਂ ਦੀ, ਮੌਸਮਾਂ ਦੀ, ਮੌਸਮ ਖੜਾ ਹੋਵੇ, ਗਰਮੀ ਹੋਵੇ, ਗੁੰਮਾ ਲੱਗਾ ਹੋਵੇ, ਅਤੇ ਇਨਸ਼ਾਅੱਲਾ ਤਾਲਾ ਕਬੂਤਰ ਆਪਣੇ ਸ਼ਾਮ ਨੂੰ ਬਹਿਣਗੇ, ਹਾਰ ਜਾ ਤਾਂ ਉਸ ਰੱਬ ਕੋਲ, ਉਹ ਰੱਬ ਸੋਹਣੇ, ਕਬੂਤਰ ਸ਼ਾਮ ਨੂੰ ਬਹਿਣਗੇ, 12-14 ਘੰਟੇ ਉੱਡ ਕੇ ਬਹਿਣਗੇ, ਜ਼ਾਇਆ ਵੀ ਨਹੀਂ ਹੋਣਗੇ। ਜਦੋਂ ਮੇਰੇ ਕਬੂਤਰ ਜ਼ਾਇਆ ਹੋਏ ਨੇ, ਕਦੀ ਖੜ੍ਹੇ ਮੌਸਮ 'ਚ ਨਹੀਂ ਗਿਆ, ਬਾਰਿਸ਼ ਤੂਫਾਨ ਹੀ ਲੈ ਕੇ ਗਿਆ, ਉਂਝ ਨਹੀਂ ਕਦੀ ਗਿਆ। ਜਦੋਂ ਪਹਿਲੇ ਸ਼ੁਰੂ ਸਟਾਰਟ ਤੁਸੀਂ ਕਰ ਦਿੱਤਾ ਕਬੂਤਰਬਾਜ਼ੀ ਦਾ, ਆਗਾਜ਼ ਕੀਤਾ, ਹਾਂਜੀ, ਉਹਦੇ ਵਿੱਚ ਤੁਸੀਂ ਕਬੂਤਰ ਕਿਹੜੇ ਯਾਰਾਂ ਦੇ ਲਿਆਂਦੇ ਜਾਂ ਕਿੱਥੋਂ ਲਿਆਂਦੇ? ਦੇਖੋ ਮੈਂ ਸਟਾਰਟਿੰਗ ਦੇ ਵਿੱਚ ਨਾ, ਵੇਖੋ ਜੋ ਅੱਜ ਵੀ ਉਹੀ ਟਰੈਂਡ ਚੱਲ ਰਿਹਾ, ਅੱਜ ਤੋਂ 20-25 ਸਾਲ ਪਿੱਛੇ ਚਲੇ ਉਦੋਂ ਵੀ ਉਹੀ ਸੀ, ਬੰਦ ਜੋੜ ਪੂਰਾ ਕਬੂਤਰ, ਹੱਡੀ ਜੋੜ ਪੂਰਾ, ਠੀਕ ਹੋ ਗਿਆ। ਮੇਰੇ ਕੋਲ ਇੰਨਾ ਕਬੂਤਰ ਸੀ, 50 ਕਿਲੋ ਡੇਲੀ ਦਾਣਾ ਪੈਂਦਾ ਸੀ, ਐਡਾ ਮੈਂ ਜਨੂਨੀ ਕਬੂਤਰਬਾਜ਼ ਸਾਂ। ਜਦੋਂ ਬਾਜ਼ੀਆਂ ਆਉਣੀਆਂ ਨਾ, ਥੋੜਾ ਡੇਲੀ ਲੱਗਦਾ, ਹਾਂਜੀ, ਜਦੋਂ ਬਾਜ਼ੀਆਂ ਆਉਣੀਆਂ, ਇੱਕ ਅੱਧਾ ਬਾਜ਼ੀ 'ਚ ਆਉਣਾ ਦਾ ਕੋਈ ਚੱਕਰ ਨਾ, ਬੜੀ ਗੱਲ। ਮੈਂ ਆਖਿਆ ਯਾਰ ਪੂਰੇ ਬਣਾਏ ਕਬੂਤਰ, ਸਾਰਾ ਸਿਸਟਮ, ਫਿਰ ਨਹੀਂ ਉੱਡਦੇ ਪਏ। ਜਦੋਂ ਮੇਰੇ ਕੋਲ ਕਬੂਤਰ ਆਏ ਨੇ ਨਾ, ਜਿਹੜੇ ਮੀਆਂ ਸਾਹਿਬ ਵਾਲੇ ਕਬੂਤਰ, ਜਿਹਨੂੰ ਤੀਸਰੀ ਦੁਨੀਆ ਕਹਿੰਦੇ, ਜਿਹੜੇ ਸਾਡੇ ਕੋਲ ਜਾਣ ਲਏ ਬਾਅਦ, ਮੀਆਂ ਨਜ਼ੀਰ ਸਾਹਿਬ ਵਾਲੇ, ਹਾਂ, ਮੀਆਂ ਨਜ਼ੀਰ ਵਾਲੇ ਕਬੂਤਰ ਸੀ ਨਾ, ਪਾਕ ਗਿਰੋ ਵਾਲੇ ਮੇਰੇ ਉਸਤਾਦ ਕੋਲ ਵੀ, ਠੀਕ। ਜਦੋਂ ਉੱਥੋਂ ਕਬੂਤਰ ਆਏ ਨੇ, ਉੱਥੋਂ ਕਬੂਤਰ ਫਿਰ ਮੈਂ ਅੱਗੋਂ ਆਸਤਾ ਆਸਤਾ ਬਣਾਉਂਦਾ ਗਿਆ, ਬਣਾਉਂਦਾ, ਜਿਹੜਾ ਇਹਨਾਂ 'ਚ ਮਜ਼ਾ ਅਤੇ ਨਸ਼ਾ ਆਇਆ ਨਾ, ਕਿਸੇ 'ਚ ਵੀ ਨਹੀਂ ਆਇਆ,
ਠੀਕ ਹੋ ਗਿਆ ਇਹਨਾਂ ਮੇਰੀ ਕਬੂਤਰ ਬਾਜੀ ਮਤਲਬ ਸਮਝ ਲਓ ਕਿ ਫਾਸਟ ਕਰ ਦਿੱਤੀ ਫਾਸਟ ਦੇ ਆਸਾਨ ਕਰ ਦਿੱਤੀ ਕਿ ਵੇਖਣਾ ਨਹੀਂ ਪੈਂਦਾ ਇਹਦਾ ਐਡੀ ਜੋੜ ਹੈ ਕਿ ਨਹੀਂ ਹੈਗਾ ਮੈਂ ਆਪਣੇ ਕਬੂਤਰਾਂ ਦੀ ਗੱਲ ਕਰਾਂ ਮੈਨੂੰ ਲੋਕਾਂ ਦਾ ਨਹੀਂ ਪਤਾ ਠੀਕ ਹੋ ਗਿਆ ਮੇਰੇ ਕੋਲ ਖੁੱਲ੍ਹੇ ਜੋੜ ਵਾਲੇ ਵੀ ਸ਼ਾਮਾਂ ਤੱਕ ਰੁੱਡੇ ਨੇ ਠੀਕ ਹੋ ਗਿਆ ਛੋਟੀ ਹੱਡੀ ਵਾਲੇ ਵੀ ਸ਼ਾਮਾਂ ਤੱਕ ਰੁੱਡੇ ਨੇ ਛੋਟੀ ਬਗਲ ਵਾਲੇ ਵੀ ਸ਼ਾਮਾਂ ਤੱਕ ਰੁੱਡੇ ਨੇ ਅੱਛਾ ਠੀਕ ਹੈ ਗੰਦੇ ਪਰਾਂ ਵਾਲੇ ਵੀ ਸ਼ਾਮਾਂ ਤੱਕ ਰੁੱਡੇ ਨੇ ਬੰਦ ਜੋੜ ਵਾਲੇ ਵੀ ਸ਼ਾਮਾਂ ਤੱਕ ਰੁੱਡੇ ਨੇ ਫਿਰ ਆ ਜਾ ਕੇ ਮੇਰੇ ਦਿਮਾਗ 'ਚ ਇੱਕ ਗੱਲ ਬੈਠੀ ਕਿ ਕਬੂਤਰ ਬਲੱਡ ਲਾਈਨ ਦਾ ਹੋਣਾ ਚਾਹੀਦਾ ਅੱਛਾ ਕਬੂਤਰ ਹੋਏਗਾ ਨਾ ਠੀਕ ਹੋ ਗਿਆ ਠੀਕ ਹੈ ਉਹ ਕਿਸੇ ਹਾਲਤ 'ਚ ਵੀ ਉੱਡ ਪਏਗਾ ਬਲੱਡ ਲੈਣਾ ਚਾਹੀਏ ਉਹਨੂੰ ਕੌਂਟ ਜ਼ਿਆਦਾ ਕਰ ਬਲੱਡ ਲਾਈਨ ਤੁਹਾਡੇ ਕੋਲ ਅੱਛੀ ਬਣ ਗਈ ਹੈ ਠੀਕ ਹੈ ਉਹਨੂੰ ਉਸ ਤੋਂ ਬਾਅਦ ਤੁਸੀਂ ਉਹਦੇ ਪੁਆਇੰਟ ਪੂਰੇ ਕਰ ਲਓ ਤੇ ਮਾਸ਼ਾਅੱਲਾ ਕਿਆ ਹੀ ਬਾਤ ਹੈ ਠੀਕ ਹੋ ਗਿਆ ਠੀਕ ਹੋ ਗਿਆ ਅੱਛੀ ਬਲੱਡ ਲਾਈਨ ਨੂੰ ਜਦੋਂ ਤੁਸੀਂ ਅੱਛਾ ਕਰਨਾ ਹੈ ਨਾ ਫਿਰ ਨਿਖਾਰ ਆ ਜਾਣਾ ਫਿਰ ਤਾਂ ਨਿਖਾਰ ਆ ਜਾਣਾ ਨਿਖਾਰ ਆ ਇਹ ਅੱਛਾ ਮੁਬਸ਼ਰ ਭਾਈ ਤੁਸੀਂ ਸ਼ੁਰੂ ਤੋਂ ਠੀਕ ਹੈ ਚਲੋ ਆਮ ਰੱਖੇ ਦੇਸੀ ਕਬੂਤਰ ਵੀ ਸਿਆਲਕੋਟ ਹੀ ਕੋਈ ਸ਼ੌਕ ਕੀਤਾ ਜੀ ਮੇਰੇ ਕੋਲ ਸਿਆਲਕੋਟ ਹੀ ਆ ਮੈਂ ਸ਼ਾਮ ਦੀ ਕਦੀਆਂ ਪ੍ਰਵਾਦਾਂ ਦਿੱਤੀਆਂ ਨੇ ਅੱਛਾ ਜੈਨੂਇਨ ਗੱਲ ਗਲਤ ਗੱਲ ਨਹੀਂ ਕਰਾਂਗਾ ਅੱਛਾ ਮੇਰੇ ਕੋਲ ਸਿਆਲਕੋਟ ਹੀ ਵੀ ਰਾਤ ਤੀਕਰ ਬਹਿੰਦੇ ਰਹੇ ਨੇ ਮੇਰੀ ਇਸ ਛਾਤੇ ਹਰ ਨਸਲ ਦਾ ਹੀ ਕਬੂਤਰ ਉੱਡਿਆ ਵਾਹ ਅਤੇ ਇਹ ਰੱਬ ਦੀ ਦੇਣ ਹੁੰਦੀ ਕੁਦਰਤੀ ਗੱਲ ਹੈ ਕੁਦਰਤੀ ਗੱਲ ਹੈ ਇਹ ਮੇਰੀ ਗੱਲ ਨਹੀਂ ਹੈਗੀ ਇਹ ਬਾਬੇ ਮੁਸ਼ਤਾਕ ਹੋਰਾਨਾ ਜੀ ਮੇਰੀਆਂ ਬਾਜ਼ੀਆਂ ਉੱਡੀਆਂ ਨੇ ਤੁਹਾਨੂੰ ਉਹ ਵੀ ਦੱਸਣਗੇ ਬਾਬਾ ਚੈਨ ਵੀ ਦੱਸੇਗਾ ਉਸ ਵੇਲੇ ਵੀ ਮੇਰੇ ਕਬੂਤਰ 7 ਵਜੇ ਤੋਂ ਪਾਰ ਬਹਿੰਦੇ ਰਹਿਣ ਬਾਰਾਂ ਇੱਕ ਵਜੇ ਵਾਲੀ ਗੇਮ ਨਹੀਂ ਹੋਈ ਸ਼ਾਮ ਨੂੰ ਬਹਿੰਦੇ ਰਹਿਣ ਅੱਛਾ ਹਾਂਜੀ ਅਤੇ ਸਿਆਲਕੋਟੀ ਕਿਹੜੇ ਯਾਰਾਂ ਦੇ ਕਬੂਤਰ ਸਨ ਜ਼ਿਆਦਾ ਤੁਹਾਡੇ ਕੋਲ ਸਿਆਲਕੋਟੀ ਨਾ ਮੇਰੇ ਕੋਲ ਨਾ ਹਾਲੇ ਵੀ ਇੱਕ ਦੋ ਕਬੂਤਰ ਪਏ ਨੇ ਹੈ ਨਹੀਂ ਯਾਨੀ ਕਿ ਨਹੀਂ ਅਲੀ ਵਾਲਾ ਟੈਪ ਨਹੀਂ ਚਿੱਟੇ ਕੰਨਾਂ ਵਾਲੇ ਕਬੂਤਰ ਚਿੱਟੀ ਮੈਲੀ ਅੱਖ ਦੇ ਹਾਂਜੀ ਠੀਕ ਹੋ ਗਿਆ ਉਹ ਕਬੂਤਰ ਨੇ ਬੜੇ ਅੱਛੇ ਉੱਡੇ ਨੇ ਮੇਰੇ ਕੋਲ ਚਿੱਟੀ ਮੈਲੀ ਅੱਖ 'ਚ ਹਾਂਜੀ ਠੀਕ ਹੋ ਗਿਆ ਇੱਕ ਮੇਰੇ ਕੋਲ 5-4 ਜੌਂ ਸੀ ਜੌਂ ਸ੍ਰੀ ਮਾਦੀ ਸੀ ਸਿਆਲਕੋਟੀ ਪਿਓਰ ਸਿਆਲਕੋਟੀ ਸੀ ਉਹ ਮੇਰੇ ਕੋਲ ਬਾਜ਼ੀਆਂ 'ਚ 4.5-4.5 ਜੇਠ 'ਚ ਬਹਿੰਦੀ ਰਹੀ ਮੈਂ ਬਾਜ਼ੀਆਂ ਸ਼ੁਰੂ ਤੋਂ ਜੇਠ ਦੀਆਂ ਉਡਾਈਆਂ ਨੇ ਬੜੀ ਗੱਲ ਅਤੇ ਜੇਠ 'ਚ ਬਹਿੰਦੀ ਰਹੀ ਫਿਰ ਹੁਣ ਮੈਂ ਜੋੜੇ ਲਾਇਆ ਉਹਦੇ ਪੱਠੀਆਂ ਪੱਠੇ ਮੇਰੇ ਕੋਲ ਸ਼ਾਮਾਂ ਤੱਕ ਰੁੱਡੇ ਨੇ ਮੋਤੀਆਂ ਵਾਲੀ ਸੀ ਮੋਤੀਆਂ ਹੁਣ ਮੋਤੀਆਂ ਵਾਲੀ ਨੀਲੀ ਅੱਖਾਂ 'ਚ ਨਹੀਂ ਚਿੱਟੀਆਂ ਅੱਖਾਂ ਦੀ ਸੀ ਸਫੈਦ ਚਿੱਟੀਆਂ ਨਹੀਂ ਹਲਕੀ ਜਿਸ ਤਰ੍ਹਾਂ ਸਿਆਲਕੋਟ ਦੀ ਅੱਖ ਹੁੰਦੀ ਇੱਕ ਤਾਂ ਬਹੁਤ ਹੀ ਕਾਲੀ ਹੁੰਦੀ ਨਾ ਉਹ ਨਹੀਂ ਮੈਲੀ ਮਤਲਬ ਨਾਰਮਲ ਅੱਖ ਸੀ ਨਾਰਮਲ ਅੱਖ ਜਿਵੇਂ ਬਟੇਰੇ ਕਬੂਤਰਾਂ ਦੀਆਂ ਅੱਖਾਂ ਨਹੀਂ ਚਿੱਟੀਆਂ ਚਿੱਟੀਆਂ ਹੁੰਦੀਆਂ ਇੰਜ ਦੀ ਸੀ ਬੋਸਕੀ ਅੱਖਾਂ ਹੁੰਦੀਆਂ ਮਾੜੀਆਂ ਉਸ ਟਾਈਪ ਦੀ ਅੱਖ ਸੀ ਠੀਕ ਹੋ ਗਿਆ ਅਤੇ ਉਹ ਸਿਆਲਕੋਟੀ ਦੀ ਧੀ ਮੈਂ ਸਿਆਲਕੋਟੀ ਮਾਦੀ ਉਹ ਮੈਂ ਲਾਈ ਆਪਣੇ ਇੱਥੇ ਜਾਣ ਲੈਵੇ ਨਾ ਡੱਬ ਵਾਲੇ ਨਰ ਨਾਲ ਉਹਦੀ ਪੱਠੀ ਸਾਡੇ ਕੋਲ 2019 'ਚ ਨਗੀਨਾ ਉੱਡੀ ਹੈ 15-15 ਘੰਟੇ ਉੱਡੀ ਮਾਦੀ ਉਸ ਸਿਆਲਕੋਟੀ ਸਾਡੇ ਕੋਲ ਰਾਤ ਦੀ ਨਹੀਂ ਸੀ ਲੱਗੀ ਅਤੇ ਉਹ ਜ਼ਾਇਆ ਹੋ ਗਈ ਮਤਲਬ ਉਹ 3 ਭੈਣ ਭਰਾ ਉੱਡਦੇ ਹਨ 3 ਹੀ ਇੰਨਾ ਉੱਡਦੇ ਸੀ ਮੁਬਸ਼ਰ ਭਾਈ ਤੁਸੀਂ ਕਿਰਾਏ ਦਿੱਤੀ ਗੱਲ ਯਾਦ ਜਾਨਲੇਵਾ ਬਰੀਡ ਕਿਹੜੀ ਹੈ ਇਹ ਜਾਨਲੇਵਾ ਬਰੀਡ ਇਹ ਵੇ ਮੈਂ ਇਹਨਾਂ ਦਾ ਨਾਂ ਰੱਖਿਆ ਅੱਛਾ ਪਿੱਛੋਂ ਮੁੱਢ ਤੋਂ ਮੀਆਂ ਸਾਹਿਬ ਇਹਨਾਂ ਨੂੰ ਤੀਸਰੀ ਦੁਨੀਆ ਕਬੂਤਰ ਕਹਿੰਦੇ ਸੀ ਤੀਸਰੀ ਦੁਨੀਆ ਜਾਨਲੇਵਾ ਨੂੰ ਠੀਕ ਹੋ ਗਿਆ ਠੀਕ ਹੈ ਤੀਸਰੀ ਦੁਨੀਆ ਡੱਬ ਵਾਲੇ ਯਾਨੀ ਕਿ ਮੀਆਂ ਸਾਹਿਬ ਵਾਲੇ ਡੱਬ ਵਾਲੇ ਕਬੂਤਰ ਕਿਸੇ ਇਹ ਉਹ ਕਬੂਤਰ ਨੇ ਇਹਨਾਂ ਨੂੰ ਜਦੋਂ ਤੁਸੀਂ ਟੈਡੀ ਦੇ ਨਾਲ ਲਓਗੇ ਵਿੱਚੋਂ ਜਿਹੜੇ ਬੱਚੇ ਨਿਕਲਣਗੇ ਉਹ ਲਾਲ ਪਰੀ ਨਿਕਲ ਆਉਣਗੇ ਅੱਛਾ ਜਿਹੜੇ ਲਾਲ ਪਰੀ ਕਬੂਤਰ ਨੇ ਨਾ ਟੈਡੀਆਂ ਨਾਲ ਲਾਓ ਤਾਂ ਲਾਲ ਪਰੀ ਲਾਲ ਪਰੀ ਆਪਸ ਡੱਬ ਵਾਲੇ ਲਾਓ ਤੇ ਅਸਲ ਜਿਸ ਘਰ ਚ ਕਬੂਤਰ ਬਣਿਆ ਹੋਵੇ ਨਾ ਤੁਸੀਂ ਅਗਰ ਉਸ ਬੰਦੇ ਦਾ ਨਾਂ ਨਹੀਂ ਨਾ ਲਵੋਗੇ ਤਾਂ ਤੁਹਾਡਾ ਵੀ ਕੁਛ ਨਹੀਂ ਬਣਨਾ ਯਾਰ ਮੈਨੂੰ ਬੜੀ ਤੁਹਾਡੀ ਗੱਲ ਪਸੰਦ ਆਈ ਕਸਮ ਅੱਲਾ ਦੀ ਜਿਹੜੇ ਮੇਰੇ ਕੋਲ ਬਰੈਟਾ ਕਬੂਤਰ ਨੇ ਜਾਨਲੇਵਾ ਕਬੂਤਰ ਨੇ ਟਾਈਸਨ ਟੈਡੀ ਕਬੂਤਰ ਨੇ ਜਿਹੜੇ ਮੇਰੇ ਕੋਲ ਉਹਨਾਂ ਨੂੰ ਮੀਆਂ ਸਾਹਿਬ ਵਾਰੀ ਸਲਾਰੇ ਟੈਡੀ ਕਹਿੰਦੇ ਸੀ ਟਾਈਸਨ ਮੈਂ ਟਾਈਸਨ ਨਾਂ ਰੱਖਿਆ ਹੁਣ ਤੁਹਾਡੇ ਕੋਲ ਜਿਹੜੀ ਨੇ ਸਾਰੇ ਫਰਿਸ਼ਤ ਜਿਹੜੀਆਂ ਜਿਹੜੇ ਬਾਜ਼ੀ 'ਚ ਪਾਉਂਦੇ ਉਹ ਕਿੰਨੀਆਂ ਨਸਲਾਂ ਨੇ ਟੋਟਲ ਮੇਰੇ ਕੋਲ ਟੋਟਲ ਨਾ ਬਰੈਟਾ ਹੈ ਜਾਨਲੇਵਾ ਟਾਈਸਨ ਹੈ ਅਤੇ ਜਾਂ ਇਹ ਜਿਹੜੇ ਜਿਹਨਾਂ ਨੂੰ ਮੀਆਂ ਸਾਹਿਬ ਅਲਮਾਰੀ ਵਾਲੇ ਕਬੂਤਰ ਛੱਟਿਆਂ ਵਾਲੇ ਕਹਿੰਦੇ ਮੇਰੇ ਕੋਲ ਸਿਰਫ 4 ਹੀ ਨਸਲਾਂ ਨੇ ਠੀਕ ਹੋ ਗਿਆ ਅੱਛਾ ਅਤੇ ਬਾਕੀ ਉਹ ਸਿਆਲਕੋਟ ਮਾਦੀ ਸ਼ਾਦੀ ਜੇ ਉਹ ਫੋਨ ਤੁਹਾਨੂੰ ਯਾਰ ਅੱਛਾ ਹਾਂਜੀ ਬਾਕੀ ਮਤਲਬ ਜ਼ਿਆਦਾ ਕਬੂਤਰ ਇਹ ਨੇ ਅਤੇ ਉਹ ਤਾਂ ਹੈਗੇ ਨੇ ਚਲੋ ਵੇਖੋ ਹਰ ਕਬੂਤਰ ਚੰਗਾ ਲੱਭਦਾ ਵੀ ਨਹੀਂ ਹੈਗਾ ਲੱਭਦਾ ਵੀ ਨਹੀਂ ਇਹ ਜਦੋਂ ਤੁਸੀਂ ਇਹ ਤੁਹਾਡੇ ਉਸਤਾਦ ਜੀ ਨੇ ਤੁਹਾਨੂੰ ਗਿਫਟ ਕੀਤੇ ਜਾਂ ਤੁਸੀਂ ਮੁੱਲ ਲਿਆਉਂਦੇ ਰਹੇ ਨਹੀਂ ਮੈਨੂੰ ਇੱਕ ਕਬੂਤਰ ਮੀਆਂ ਸਾਹਿਬ ਵਾਲੇ ਸਨ ਮੈਨੂੰ ਮੇਰੇ ਉਸਤਾਦ ਕੋਲੋਂ ਮਿਲੇ ਸਨ
ਗਿਫਟ ਹਾਂਜੀ ਠੀਕ ਹੋ ਗਿਆ ਠੀਕ ਹੋ ਗਿਆ ਅਤੇ ਇਹ ਕੱਪ ਮਾਸ਼ਾਅੱਲਾ ਬੜੇ ਲੈਣਾ ਲੱਗੀਆਂ ਨੇ ਸਾਰੇ ਪਾਸੇ ਹਾਂਜੀ ਘਰ ਵੀ ਕੋਈ ਇੰਨੇ ਕੋਈ ਕਹਿੰਦੇ ਪਏ ਨੇ ਘਰ ਵੀ ਹੈਗਾ ਮਾਸ਼ਾਅੱਲਾ ਕਿਆ ਹੀ ਬਾਤ ਹੈ ਤੁਸੀਂ ਅੱਗੋਂ ਕਿੰਨੇ ਸ਼ਾਗਿਰਦ ਬਣਾਏ ਨੇ ਸ਼ਾਗਿਰਦ ਮਾਸ਼ਾਅੱਲਾ ਬੜੇ ਨੇ ਆਪਣੇ ਕਿੰਨੇ ਹੈਗੇ ਨੇ ਕੋਈ 40-42 ਹੈਗੇ ਨੇ ਲਾਹੌਰ ਲਾਹੌਰ ਦੇ ਵਿੱਚ ਇੱਕ ਲਾਹੌਰੋਂ ਬਾਹਰ ਵੀ ਹੈਗੇ ਅੱਛਾ ਜਦੋਂ ਸੱਚ ਗੱਲ ਯਾਦ ਆ ਗਈ ਜਦੋਂ ਆਸ਼ਿਕ ਹੁਸੈਨ ਸਾਹਿਬ ਨੂੰ ਲੱਗੀ ਬਾਜ਼ੀ ਉਦੋਂ ਕੀ ਬਣਿਆ ਆਸ਼ਿਕ ਹੁਸੈਨ ਨੇ ਪੰਜਾਬ ਨੂੰ ਚੈਲੰਜ ਕੀਤਾ ਸੀ ਬਿਲਕੁਲ ਸਹੀ ਹੈ ਅਤੇ ਲਾਹੌਰ ਮੁੱਲਾਂ ਵੱਲ ਵੀ ਆਇਆ ਸਾਰਿਆਂ ਨੂੰ ਮਤਲਬ ਸਾਰਿਆਂ ਨੂੰ ਚੈਲੰਜ ਲਾਹੌਰ ਪੂਰਿਆਂ ਨੂੰ ਕੀ ਪੰਜਾਬ ਨੂੰ ਕੀਤਾ ਸੀ ਪੂਰੇ ਪੰਜਾਬ ਨੂੰ ਕੀਤਾ ਠੀਕ ਹੋ ਗਿਆ ਮੈਂ ਕਬੂਲ ਕਰ ਲਿਆ ਮੈਨੂੰ ਅੱਲਾਹ ਤਾਲਾ ਇੱਜ਼ਤ ਦਿੱਤੀ ਮੈਂ ਜਿੱਤ ਗਿਆ ਮਾਸ਼ਾਅੱਲਾ ਮਾਸ਼ਾਅੱਲਾ 2018 'ਚ ਠੀਕ ਹੋ ਗਿਆ ਉੱਥੇ ਤੁਹਾਡਾ ਮੁਨਸਿਬ ਉਹਨਾਂ ਇੱਧਰ ਭੇਜਤਾ ਹਾਂਜੀ ਉਹ ਆਪਣਾ ਮੁਨਸਿਬ ਇੱਥੇ ਭੇਜਦੇ ਸੀ ਮੈਂ ਆਪਣਾ ਉੱਥੇ ਭੇਜਦਾ ਉਹ ਤਾਂ ਵੈਸੇ ਹੀ ਚਲਾ ਗਿਆ ਨਾ 7 ਦਿਨ ਜਿੰਨੇ ਦਿਨ ਬਾਜ਼ੀ ਰਹਿਣਾ 14 ਠੀਕ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਬਾਹਰ ਨਹੀਂ ਨਿਕਲੇ ਤੁਸੀਂ ਨਹੀਂ ਉਸ ਵੈਸੇ ਕੱਪ ਉੱਡ ਲਈ ਦੇ ਨੇ ਪੰਜਾਬ ਕੱਪ ਹੈ ਹੁਣ ਆ ਜਿਹੜਾ 2021 'ਚ ਵਿਸਾਖ ਦੇ ਵਨਡੇ ਉੱਡੇ ਨੇ ਅਤੇ ਮੀਆਂ ਵਾਲੀ ਕੱਪ ਚੈਂਪੀਅਨ ਹੋਏ ਸੀ ਮਾਸ਼ਾਅੱਲਾ 8-18 ਦਾ ਸਾਡਾ ਕਬੂਤਰ ਬੈਠਾ ਸੁਪਰ ਪਰਿਵਾਰ ਵੀ ਆਈ ਬਹਾਦਰ ਉਹ ਇੱਥੋਂ ਹੀ ਡਾਈ ਛੱਤ ਜਾਂ ਇੱਥੋਂ ਹੀ ਇੱਥੋਂ ਅੱਛਾ ਮਾਸ਼ਾਅੱਲਾ 2021 'ਚ ਮੁਬਸ਼ਰ ਭਾਈ ਸ਼ੁਰੂ ਤੋਂ ਇੱਥੇ ਛੱਤ ਤੋਂ ਹੀ ਜ਼ਿਆਦਾ ਤੁਹਾਡਾ ਜੀ ਸ਼ੁਰੂ ਤੋਂ ਇੱਥੇ ਹੀ ਉੱਡਦੇ ਪੈਣ ਕਬੂਤਰ ਵੈਰੀ ਇਹ ਛੱਤ ਮੈਂ ਬਣਾਈ ਸੀ 2006 'ਚ ਠੀਕ ਹੋ ਇਸ ਤੋਂ ਪਹਿਲਾਂ ਛੋਟੀ ਛੱਤ ਸੀ ਇੱਥੇ ਹੀ ਇਸੇ ਜਗ੍ਹਾ 'ਤੇ ਸੀ ਇਹ ਨਾਲ ਥੱਲੇ ਠੀਕ ਹੋ ਗਿਆ ਅਤੇ ਇਹ 2006 'ਚ ਆ ਛੱਤ ਬਣੀ ਠੀਕ ਹੋ ਗਿਆ 2021 'ਚ ਆ ਗਏ ਹੋ ਤੁਸੀਂ ਹਾਂਜੀ ਇੱਧਰ ਆਉਂਦੇ ਹੁਣ ਆਉਣਾ ਵੀ ਇੱਧਰ ਹੀ ਸੀ ਆਸਤਾ ਆਸਤਾ ਨਿਕਲੀ ਅੱਛਾ ਹੁਣ ਵੀ ਡਾਏ ਜੇ ਕੋਈ ਕਬੂਤਰ ਡਾਈ ਦੇ ਨਾ ਅੱਸੂ ਦੀਆਂ ਫਿਰਤਾਂ ਅੱਛਾ ਅੱਗੋਂ ਅੱਸੂ ਦੀਆਂ ਫਿਰਤਾਂ ਅੱਜ ਪਹਿਲੇ ਦਿਨ ਕੱਢੇ ਜਾਂ ਅੱਗੇ ਵੀ ਕੱਢਦੇ ਨਾ ਇੰਨੇ ਹੋ ਚੱਲੇ 4-5 ਦਿਨ ਹੋ ਗਏ ਅੱਛਾ ਮਾਸ਼ਾਅੱਲਾ ਮੁਬਸ਼ਰ ਭਾਈ 2021 'ਚ ਤੁਹਾਡਾ ਕੈਸਾ ਰਿਕਾਰਡ ਰਿਹਾ ਕੋਈ ਥੋੜ੍ਹਾ ਜਿਹਾ ਇਹਦੇ 'ਚ 2021 'ਚ ਅਲਹਮਦੁਲਿਲਾ 21 ਵਾਲੇ ਪਿਆਰੇ ਤੋਂ ਰੱਖ ਕੇ ਅਤੇ ਜੇਠ ਤੱਕ ਹੀ ਓਵਰਆਲ ਹੀ ਅੱਲਾਹ ਤਾਲਾ ਨੇ ਇੱਜ਼ਤ ਦਿੱਤੀ ਅਸੀਂ ਬਾਜ਼ੀਆਂ ਜਿੱਤੀਆਂ ਮਾਸ਼ਾਅੱਲਾ ਅੱਛਾ ਦੂਸਰੀ ਚੀਜ਼ ਇੱਕ ਹੋਰ ਜੇਠ ਦੀਆਂ ਬਾਜ਼ੀਆਂ ਉੱਡਣ ਦੀਆਂ ਚੌਥੀ ਬਾਜ਼ੀ 'ਚ ਨੇਰ ਤੂਫਾਨ ਪਿਆ ਸਾਡੇ 4 ਕਬੂਤਰ ਚਲੇ ਗਏ ਆਹੋ ਬੜਾ ਆਇਆ ਨੇਰ ਤੂਫਾਨ ਬਿਲਕੁਲ ਸਹੀ 4 ਕਬੂਤਰ ਜ਼ਾਇਆ ਹੋ ਕੇ ਅਤੇ ਅਸੀਂ 1 ਘੰਟਾ 25 ਮਿੰਟ ਤੋਂ ਦੂਸਰੇ ਨੰਬਰ 'ਤੇ ਫਿਰ ਆਏ ਹਾਂ ਤਿੰਨਾਂ ਕਬੂਤਰਾਂ ਨਾਲ ਸਾਡੇ ਤੂਫਾਨ 'ਚ 4 ਜ਼ਾਇਆ ਹੋਣ ਦੇ ਬਾਵਜੂਦ ਫਿਰ ਅਸੀਂ ਦੂਸਰੇ ਨੰਬਰ ਤੇ ਆ ਗਏ ਇਹ ਵੀ ਅੱਲਾਹ ਤਾਲਾ ਦਾ ਖਾਸ ਕਰਮ ਬੜਾ ਕਰਮ ਬੜਾ ਕਰਮ ਕਿਉਂਕਿ ਵੇਖੋ 4 ਕਬੂਤਰ ਜਦੋਂ 4 ਕਬੂਤਰ ਗਏ ਸੀ ਮੈਨੂੰ ਲੱਗਦਾ ਸੀ ਹੁਣ ਅਸੀਂ 15ਵੇਂ ਨੰਬਰ ਤੇ ਵੀ ਨਹੀਂ ਰਹਿਣਾ ਮੁਬਸ਼ਰ ਭਾਈ 4 ਕਬੂਤਰ ਇਹਦਾ ਮਤਲਬ ਕਿ 10-10 ਘੰਟੇ ਵੀ ਲਾਓ ਨਾ ਇੱਕ ਮਿਸਾਲ ਮੋਟੀ ਜਿਹੀ ਮਿਸਾਲ ਲਾ ਲਓ ਉਹ ਤਾਂ ਜ਼ਿਆਦਾ ਉੱਡੇ ਨਾ ਤੁਹਾਡੇ ਕਬੂਤਰ ਦੇ ਐਡਾ ਤੱਕ ਦਿਸਦੇ ਰਹੇ ਹਾਂਜੀ ਅਤੇ ਤੁਸੀਂ 10-10 ਘੰਟੇ ਲਾ ਲਓ 40 ਘੰਟੇ ਚਲੇ ਗਏ ਇੱਕ ਦਿਨ ਦੇ ਵਿੱਚ ਇੱਕ ਦਿਨ 40 ਘੰਟੇ ਚਲੇ ਪਿੱਛੇ ਕੀ ਬਚਦਾ ਪਿੱਛੇ ਕੀ ਬਚਦਾ ਬੜੀ ਗੱਲ ਫਿਰ ਵੀ ਤੁਸੀਂ ਅੱਗੇ ਆ ਗਏ ਬੜੀ ਬਾਤ ਹੈ ਬੜੀ ਬਾਤ ਹੈ ਪਹਿਲੇ ਤਾਂ ਦੂਜੇ ਨੰਬਰ 'ਤੇ ਪਹਿਲੇ ਤਾਂ ਹਮਦ ਆਇਆ ਨਹੀਂ ਨਹੀਂ ਉਹ ਨਾ ਹੋਰ ਕੱਪ ਡਾਇਆ ਮਲਕ ਖਾਲਦ ਆਇਆ ਜਿਹੜਾ ਅੱਛਾ ਮੈਂ ਤੁਹਾਨੂੰ ਦੱਸਣਾ ਜੀ 5ਵੀਂ ਬਾਜ਼ੀ 'ਚ ਜਦੋਂ 4ਥੀ ਬਾਜ਼ੀ ਦਾ ਰਿਜ਼ਲਟ ਸ਼ਾਮ ਨੂੰ ਆਇਆ ਨਾ ਅਸੀਂ ਦੂਸਰੇ ਨੰਬਰ 'ਤੇ ਹੀ ਖੜ੍ਹੇ ਦੂਜੇ 'ਤੇ ਖੜ੍ਹੇ ਦੂਜੇ 'ਤੇ ਖੜ੍ਹੇ ਸਾਂ ਅਤੇ ਫਰਕ ਹੈਗਾ ਸੀ 14 ਘੰਟਿਆਂ ਦਾ ਯਾਨੀ ਕਿ ਉਹ ਸਾਡੇ ਤੋਂ 14 ਘੰਟੇ ਅੱਗੇ ਸੀ ਪਹਿਲੇ ਨੰਬਰ ਵਾਲਾ ਪਹਿਲੇ ਨੰਬਰ ਵਾਲਾ 5ਵੀਂ ਬਾਜ਼ੀ 'ਚ ਸਾਡੇ ਕਬੂਤਰਾਂ ਨੇ 12 ਘੰਟੇ ਅਤੇ ਤਕਰੀਬਨ 40-45 ਮਿੰਟ ਲਾਏ ਅੱਛਾ ਲਾ ਦਿੱਤੇ ਮਤਲਬ ਉਹਦੇ ਲਾਹ 'ਤੇ ਉਹਦੇ ਲਾਹ 'ਤੇ ਉਹਦੇ ਉੱਤੇ ਵੀ ਮਤਲਬ ਲਾ ਕੇ ਅਤੇ ਉਹ ਦਿਨ ਫਾਈਨਲ ਸੀ ਤੇ ਉਹ ਇੱਕ ਘੰਟਾ 20-25 ਮਿੰਟ ਤੋਂ ਬਸ ਇੱਕ ਅੱਧੇ ਡੇਢ ਘੰਟੇ ਘੰਟੇ ਤੋਂ ਲਾ ਲਓ ਮਤਲਬ ਸਾਰੇ ਕਬੂਤਰ 15-15 ਮਿੰਟ ਵੀ ਫਿਰਦੇ ਹੋਰ ਫਿਰ ਵੀ ਪਹਿਲੇ ਤੇ ਆਣਾ ਪਹਿਲੇ ਤੇ ਨਸੀਬ 'ਚ ਨਹੀਂ ਸੀ ਨਾ ਹੈਗਾ ਨਸੀਬ 'ਚ ਬਹਰਹਾਲ ਜਿੱਥੇ ਵੀ ਅੱਲਾਹ ਤਾਲਾ ਰੱਖੇ ਮੈਂ ਅੱਲਾਹ ਦਾ ਲੱਖ ਲੱਖ ਵਾਰ ਸ਼ੁਕਰ ਕਰਨਾ ਕਿ ਜਿੱਥੇ ਰੱਖੇ ਅੱਲਾਹ ਤਾਲਾ ਆਪਣੇ ਹਿਫਜ਼ੋ ਅਮਾਨ 'ਚ ਰੱਖੇ ਜੋ ਸਾਨੂੰ ਮਿਲਣਾ ਸੀ ਸਾਡੇ ਨਸੀਬ ਦਾ ਮੈਂ ਇਹਦੇ 'ਤੇ ਬਹੁਤ ਖੁਸ਼ ਹਾਂ ਵੈਰੀ ਗੁੱਡ ਬੜੀ ਗੱਲ ਹੈ ਵੱਡੀ ਗੱਲ ਹੈ ਕਿ ਯਾਰ ਉਹਦੇ 'ਚ ਵੀ ਖੁਸ਼ ਆ ਮੈਂ ਹਾਲਾਂਕਿ ਉਹ ਕਬੂਤਰ ਅਗਰ ਆ ਜਾਂਦੇ ਨਾ ਤੁਹਾਡੇ 4 'ਚ 2 ਵੀ ਆ ਜਾਂਦੇ ਇੱਕ ਵੀ ਬੈਠਾ ਹੁੰਦਾ ਹਾਂ ਇੱਕ ਵੀ ਜਾਂ 2 ਵੀ ਆ ਜਾਂਦੇ ਬੈਠਾ ਹੁੰਦਾ ਨਾ ਗੱਲ ਇਹ ਵੇ ਇਹ ਤਾਂ ਬਾਅਦ ਦੀ ਗੱਲ ਰਹਿ ਗੱਲ ਸੀ ਨਸੀਬ ਦੀ ਤੇ ਜੋ ਸਾਡੇ ਨਸੀਬ ਦਾ ਸਾਨੂੰ ਮਿਲ ਗਿਆ ਸ਼ੁਕਰ ਅੱਲਾ ਅਲਹਮਦੁਲਿਲਾ ਕਰ ਲਿਆ ਸੀ ਬਸ ਉਹ ਮਿਲ ਗਏ ਮਿਲ ਗਏ ਨਾਮ ਸ਼ਾਮ ਬਾਦੀਆਂ ਬੋਦੀਆਂ ਸਾਰੇ ਖਰਚੇ ਹੋ ਗਏ ਮਿਲ ਗਏ ਮਿਲ ਗਏ ਚਲੋ ਇਹ ਵੀ ਬੜੀ ਗੱਲ ਹੈ ਅੱਛਾ ਬਸ਼ਰ ਭਾਈ ਕੋਈ ਇੱਕ ਤਾਂ ਇਹ ਗੱਲ ਦੱਸੋ ਕਬੂਤਰ ਦੀ ਜਿਵੇਂ ਕਬੂਤਰ ਉੱਤੋਂ ਨਿਕਲਦਾ ਤੁਸੀਂ ਕਿਹੜੀ ਚੀਜ਼ ਨੂੰ ਕਾਊਂਟ ਕਰਦੇ ਹੋ ਕਬੂਤਰ ਦੀ ਵਾਪਸੀ 'ਚ ਪਰ ਨੂੰ ਅੱਖ ਨੂੰ ਕੁੰਦੇ ਨੂੰ ਪੈਰਾਂ ਨੂੰ ਹੱਡੀ ਜੋੜ ਨੂੰ
क्योंकि नवे दोस्तों को जरा फायदा हो जाए। देखो असी जिहड़े साडे कबूतर ने ना, मैं ज़्यादातर ब्लड लाइन पता क्यों कह दिना, मैं इन्हों वेंदा ही नहीं, मेरे को हर तरह का ही उड़ी जाता। फर्ज करो मैं कह दिना वा कि यार इंज दे पार वाले कबूतर होएगा ठीक है, तो तुहाडा चैंपियन कबूतर होएगा ठीक है, जिहड़ा तुहाडा इंज दा होएगा रख लिया जे, बाकी कढ दिया जे, मेरी गल ना सटिया मैं तुहानूं ठीक है। या असी कह दिना जिहड़ा तुहाडे खुड्डे दा चैंपियन कबूतर है रोज़ शाम नूं बह के उहदा पार्क हुंदा वेख लो ठीक है, ते उहदे नाल दे सारे रख लो। तुसीं सत्त कबूतर बाजी च पाए ने, क्या उह सत्त इक जैसे ही ने? हर सत हर कबूतर च फर्क है। सत्ते शाम नूं बहण डैण ने, सत्ते शाम बहण डैण ने, थोड़ी दरमियानी अड्डी वाला भी शाम नूं उहदे बराबर बैठा है, वड्डी अड्डी वाला भी शाम नूं उहदे बराबर बैठा है, गोल पार वाला भी शाम नूं बराबर बैठा है, लंबे बरीक पार वाला भी शाम। तुसीं की उत्थे करोगे मैनूं इह गल दस्सो ना, जां तां वेखो ना जिहड़े सत्त कबूतर शाम नूं बहण डैण उहनां च पार दा फर्क ना होवे, इक्को जिहे होवे, इक जैसे होण तां फिर मन लो जी आ चैंपियन ने जिहड़े सारे कढ लो, उह तां सत्ते ही मुख्तलिफ ने। नहीं ए, वो गल तुहाडी बिल्कुल बड़ी परफेक्ट गल। मैं कहना कबूतर जदों उत्तों आंदा हाँ जी, कई कबूतर थले आ के खराब हो जाते हैं, बेंदा बेंदा इधर निकल गया। वो मैं तुहानूं दस्सना वो की हुंदा है, चीज़ नूं वादे करो जरा, वो जिहड़ा बेंदा बेंदा इधर निकल जाता है ना, वो दो चीज़ां हुंदियां ने, एक कबूतर एड्डी मोटी गंढ हुंदी पिछे ठीक हो गया, मोटी गंढ दा एड्डा कॉल दुंबा जिहा कबूतर हुंदा है ठीक है अच्छा ठीक हो गया, ते ओदी वजह तो आके ना उहनूं असीं आने हिटां मारन डिया, उहदे पैडल ही नहीं खुल रहे हुंदे, ओदा बिल्कुल ठीक है, उहदे पैडल नहीं खुलदे, व्हील नहीं खुलन डिया, ਕਿਤੇ ਗਲਤੀ ਨਾਲ ਗਰਮੀ 'ਚ ਆ ਗਿਆ। ਉਸ ਤਰ੍ਹਾਂ ਦੇ ਵੀ ਕਬੂਤਰ ਨਮੀ ਦੇ 'ਚ ਸ਼ਾਮ ਨੂੰ ਬਹਿੰਦੇ ਨੇ, ਬਹਿੰਦੇ ਨੇ ਜਦੋਂ ਗਰਮੀ ਜਾਂਦੀ ਨਾ 44+ 44-45 ਦੇ ਦਰਮਿਆਨ ਦੇ ਵਿੱਚ, ਉਦੋਂ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸ਼ੇਅਰ ਕਰਾਂਗਾ, ਫੁੱਲ ਇੰਜ ਲੱਗੇ ਬੰਦ ਜੋੜ ਜਿਵੇਂ ਵੈਲਡਿੰਗ ਹੋਏ ਹੁੰਦੇ ਨੇ, ਉਹ ਵੀ ਕਬੂਤਰ ਆ ਕੇ ਨਾ ਜਾਲ ਦੇ ਕੋਲ ਹੁੰਦੇ, ਕੋਈ ਉਹਦੇ ਵੀ ਪੈਡਲ ਨਹੀਂ ਖੁੱਲਦੇ, ਉਹ ਵੀ ਪਤਾ ਕੀ ਕਰੇਗਾ, ਇੰਜ ਜਾਏਗਾ ਇੰਜ ਜਾਏਗਾ ਇੰਜ, ਬੜੀ ਮੁਸ਼ਕਲ ਨਾਲ ਰੇਂਜ ਬਣਾ ਕੇ ਨਾ ਫਿਰ ਉਹ ਆ ਕੇ ਬਹਿਗਾ, ਵੜੇਗਾ ਫਿਰ ਬੰਦ ਜਿਹੜਾ ਫੁੱਲ ਬੰਦ ਜੋੜਦਾ, ਜਿਹਦੇ 'ਚ ਹਲਕਾ ਜਾਂ ਤੀਲੀ ਬਰਾਬਰ ਗੈਪ ਹੋਏਗਾ ਨਾ, ਫਲੈਕਸੀਬਿਲਟੀ ਜੋੜ 'ਚ ਹੋਏਗੀ, ਉਹ ਤੁਹਾਡੇ ਇੱਥੇ ਇੰਝ ਹੀ ਘੁੰਮੀ ਜਾਏਗਾ, ਇੰਝ ਉਹਨੂੰ ਇੰਝ ਇੰਝ, ਤੁਸੀਂ ਵੇਖੋ ਉਹਨੂੰ ਜਾਣ ਦੀ ਲੋੜ ਨਹੀਂ ਇੱਧਰ ਠੀਕ ਹੋ ਗਿਆ। PIA ਜੰਬੋ ਜਹਾਜ਼ ਐਡਾ ਵੱਡਾ ਠੀਕ ਹੋ ਗਿਆ, ਹੈਲੀਕਾਪਟਰ ਇੰਨਾ ਕੁ ਉਹ ਇੱਥੇ ਹੀ ਘੁੰਮੀ ਜਾਂਦਾ, ਉਹ ਜੰਬੋ ਨੂੰ ਕਹਿਣਾ ਇੱਥੇ ਘੁੰਮੇ, ਉਹਨੇ ਰੇਂਜ ਬਣਾ ਕੇ ਆਉਣੀ ਹੈ, ਇਹ ਵੱਡੀ ਦੇ ਦਰਮਿਆਨੀ ਹੱਡੀ ਦਾ ਫਰਕ, ਬੜੀ ਗੱਲ ਬੜੀ ਗੱਲ ਠੀਕ ਹੈ। ਉਹਨੇ ਇੱਥੇ ਹੀ ਰਹਿਣਾ, ਉਹਨੇ ਹੈਲੀਕਾਪਟਰ ਨੂੰ ਇੱਥੇ ਚੱਕਰ ਕਢਾਈ ਜੋ, ਤੇ ਉਹ ਜਹਾਜ਼ ਜੰਬੋ ਨੂੰ ਉਹ ਤਾਂ ਖਲੋ ਹੀ ਨਹੀਂ ਸਕਦਾ, ਖਲੋ ਉਹਨੇ ਕੋ ਆਪਣਾ ਚੀਜ਼ ਚੱਕਰ ਵੱਡਾ ਦਾਇਰਾ ਬਣਾ, ਵੱਡਾ ਦਾਇਰਾ ਬਣਾ ਕੇ ਫਿਰ ਉਹਨੇ ਐਂ ਜਾਣ ਕੇ ਰੋਡ ਤੇ ਆਉਣਾ, ਬਿਲਕੁਲ ਸਹੀ ਬਿਲਕੁਲ ਸਹੀ, ਇੱਕ ਚੀਜ਼ ਹੋ ਗਈ ਇਹ ਠੀਕ ਹੋ ਗਿਆ। ਦੇਖੋ ਬੰਦ ਜੋੜ ਦਾ ਅੱਛਾ ਕਬੂਤਰ ਹੈ ਕੋਈ ਸ਼ੱਕ ਨਹੀਂ ਠੀਕ ਹੋ ਗਿਆ, ਲੇਕਿਨ ਉਹਦੇ 'ਚ ਹਲਕਾ ਗੈਪ ਹੋਣਾ ਚਾਹੀਦਾ, ਜੋੜ 'ਚ ਫਲੈਕਸੀਬਿਲਟੀ ਹੋਣੀ ਚਾਹੀਦੀ ਠੀਕ ਹੋ ਗਿਆ। ਤੁਸੀਂ ਅਸੀਂ ਮੈਂ ਦੱਸਣਾ, ਇੱਕ ਬੰਦੇ ਨੇ ਜੀਨ ਦੀ ਪੈਂਟ ਪਾਈ ਠੀਕ ਹੋ ਗਿਆ, ਅਤੇ ਇੱਕ ਬੰਦੇ ਨੇ ਸਲਵਾਰ ਕਮੀਜ਼ ਬਾਈ, ਉਹਨੂੰ ਉੱਠਕ ਬੈਠਕ ਕਰ, ਬਹੁਤੀਆਂ ਕਿਹੜੀਆਂ ਮਰੇਗਾ, ਸਲਵਾਰ ਕਮੀਜ਼ ਵਾਲਾ ਆਸਾਨੀ ਨਾਲ ਉੱਠੇਗਾ ਕਿ ਉਹ ਜੀਨ ਦੀ ਪੈਂਟ ਵਾਲਾ, ਅਤੇ ਜਿਹਨੂੰ ਇੰਝ ਫਸਣੀ ਪਈ ਉਹਨੇ ਕਿੱਥੋਂ ਹੋਣਾ, ਉਹ ਚਾਰ ਕਵਰੀ ਕਰੇਗਾ ਦਿਲ ਕਰੇ ਉਹਨੂੰ ਪਾਟ ਜੇ ਵਿਚਾਰੇ। ਹਾਂਜੀ ਇਹ ਗੱਲ ਹੁੰਦੀ ਹੈ ਠੀਕ ਹੈ, ਜੋੜ ਇੰਨਾ ਨਹੀਂ ਮੈਂ ਕਹਿਣ ਦਿਆ ਜ਼ਿਆਦਾ ਖੁੱਲ੍ਹਾ, ਮੇਰੇ ਕਬੂਤਰ ਐਡੇ ਖੁੱਲ੍ਹੇ ਜੋੜ ਦੇ ਵੀ ਉੱਡ ਜਾਂਦੇ ਨੇ ਮੇਰੇ। ਅੱਛਾ ਉਹ ਕਿਹੜੀ ਨਸਲ ਜੋ ਹੈ ਇੰਨੇ ਜਿਹੜੇ ਮੇਰੇ ਕੋਲ, ਅੱਛਾ ਇਧਰੋਂ ਹੀ ਬਣੇ ਨਾ ਉਹ ਤੇ ਮੀਆਂ ਸਾਹਿਬ, ਗੱਲ ਸੁਣ ਲਓ ਨਾ, ਅੱਛਾ ਮੀਆਂ ਸਾਹਿਬ ਦਾ ਇੱਕ ਇੰਟਰਵਿਊ ਤੁਸੀਂ ਸੁਣਿਆ, ਮੀਆਂ ਸਾਹਿਬ ਨੇ ਕਿਹਾ ਉੱਡਣ ਦੇ ਵਿੱਚ ਜੋੜ ਦਾ ਕੋਈ ਕਿਰਦਾਰ ਨਹੀਂ ਠੀਕ ਹੋ ਗਿਆ, ਇਹ ਅੱਜ ਵੀ ਮੇਰੇ ਕੋਲ ਇੰਟਰਵਿਊ ਮੌਜੂਦ ਹੈ, ਮੈਂ ਤੁਹਾਨੂੰ ਸੁਣਾ ਸਕਦਾ ਠੀਕ ਹੋ ਗਿਆ, ਹੈਗਾ ਜਿਸ ਬੰਦੇ ਨੇ ਕਬੂਤਰ ਬਣਾਏ ਨੇ ਉਹ ਬੰਦਾ ਕਹਿਣ ਡਿਆ ਉੱਡਣ ਵਾਲੇ ਕਬੂਤਰ ਦੇ ਵਿੱਚ ਜੋੜ ਦਾ ਕੋਈ ਕਿਰਦਾਰ ਨਹੀਂ, ਤਾਂ ਅਸੀਂ ਤੁਸੀਂ ਤਾਂ ਐਵੇਂ ਫਿਰ ਫਜ਼ੂਲ ਰੌਲਾ ਪਾਇਆ ਨਾ, ਉਹ ਬਾਜ਼ੀਆਂ ਵੀ ਉਡਾਉਂਦੇ ਰਹੇ ਨੇ ਮੀਆਂ ਸਾਹਿਬ ਹੋਰ ਹੀ, ਬਾਜ਼ੀਆਂ ਮੀਆਂ ਸਾਹਿਬ ਨੇ ਉਡਾਈਆਂ ਨੇ, ਜਿਹੜੇ ਮੀਆਂ ਸਾਹਿਬ ਨੇ ਕਬੂਤਰ ਬਣਾਏ ਨੇ ਉਹਨਾਂ ਦਾ ਜੋੜ ਨਹੀਂ ਨਿਕਲਿਆ ਠੀਕ ਹੋ ਗਿਆ। ਦੇਖੋ ਚਾਹੇ ਉਹਦੇ 'ਚ ਮੀਆਂ ਸਾਹਿਬ ਨੇ ਕੁਛ ਵੀ ਪਾਇਆ, ਜਾਂ ਤੁਸੀਂ ਕਹੋ ਮੇਰੇ ਵੱਲੋਂ ਗਿਆ, ਜਾਂ ਮੈਂ ਕਹਾਂ ਮੇਰੇ ਵੱਲੋਂ ਗਿਆ, ਸਾਨੂੰ ਤਾਂ ਨਹੀਂ ਪਤਾ ਜੀ ਜੀ ਬਿਲਕੁਲ ਸਹੀ, ਸਾਡੇ ਤਾਂ ਇੱਥੇ ਆਏ ਨੇ ਬਣੇ ਬਣਾਏ ਜਦੋਂ ਆਏ ਨੇ ਬਿਲਕੁਲ ਠੀਕ ਹੈ, ਅਸੀਂ ਤਾਂ ਉਹ ਗੱਲ ਕਰਨੀ ਠੀਕ ਗੱਲ। ਮੀਆਂ ਸਾਹਿਬ ਨੇ ਕਿਹਾ ਵੀ ਬਲੱਡ ਅੱਛਾ ਹੋਣਾ ਚਾਹੀਦਾ ਕਬੂਤਰ ਦਾ, ਜੋੜਾਂ 'ਚ ਡਾਰਾਂ ਨਹੀਂ ਪਈਆਂ, ਉਹਨਾਂ ਕਿਹਾ ਪਰਵਾਜ਼ ਨਹੀਂ ਇਹਦੇ 'ਚ, ਇਹਦੇ 'ਚ ਪਰਵਾਜ਼ ਨਹੀਂ ਹੈਗੀ। ਅੱਜ ਕੱਲ੍ਹ ਕਿਉਂ ਰੌਲਾ ਪਿਆ ਜੋੜ ਬੰਦ ਦਾ? ਅੱਛਾ ਤੁਸੀਂ ਮੈਨੂੰ ਇਹ ਗੱਲ ਦੱਸੋ,
ਜਦੋਂ ਦੀ ਫੇਸਬੁੱਕ ਬਣੀ ਹੈ ਠੀਕ ਹੋ ਗਿਆ ਜਦੋਂ ਦੇ ਬੰਦੇ ਚੈਨਲਾਂ ਤੇ ਆ ਗਏ ਨੇ ਠੀਕ ਹੋ ਗਿਆ ਉਸ ਤੋਂ ਬਾਅਦ ਕਿਹੜੀ ਨਵੀਂ ਛੱਤ ਤਿਆਰ ਹੋ ਕੇ ਪੰਜਾਬ ਚੈਂਪੀਅਨ ਹੋ ਗਈ ਸਾਰੀਆਂ ਪੁਰਾਣੀਆਂ ਹੀ ਨੇ ਪੁਰਾਣੀਆਂ ਨੇ ਉਸ ਤੋਂ ਬਾਅਦ ਕੋਈ ਨਵੀਂ ਛੱਤ ਨਹੀਂ ਬਣੀ ਨਾ ਨਵੀਂ ਛੱਤ ਹੁਣ ਨੂੰ ਕੋਈ 100 ਬਣ ਜਾਣੀ ਸੀ ਅਗਰ ਫੇਸਬੁੱਕ ਤੇ ਦੱਸਣ ਵਾਲੇ ਉਸਤਾਦ ਨਾ ਆਉਂਦੇ ਕਿਉਂਕਿ ਬੰਦਿਆਂ ਨੇ ਘਰ ਬਹਿ ਕੇ ਡਾਂਗ ਸੋਟਾ ਚਲਾਉਣਾ ਸੀ ਉਹਨਾਂ ਨੂੰ ਸਮਝ ਲੱਗ ਜਾਣੀ ਸੀ ਚੰਗਾ ਮਾੜਾ ਕਿੰਝ ਦਾ ਹੁੰਦਾ ਹੁਣ ਪਹਿਲੋਂ ਬੰਦੇ ਕੀ ਕਰਦੇ ਨੇ ਪਹਿਲੋਂ ਯੂਟਿਊਬ ਖੋਲ੍ਹਦੇ ਨੇ ਖੁੱਲ੍ਹੀ ਕਿਤਾਬ 'ਤੇ ਪੜ੍ਹਦੇ ਨੇ ਜੋੜ ਕਿੰਝ ਦਾ ਹੱਡੀ ਕਿੰਝ ਉਂਝ ਦੇ ਇਕੱਠੇ ਕਰ ਕਰਕੇ ਜੋੜਦੇ ਨੇ ਸਾਲ ਜ਼ਾਇਆ ਕਰਦੇ ਨੇ ਉਸ ਤੋਂ ਬਾਅਦ ਉਹਦੇ ਬੱਚੇ ਨਹੀਂ ਉੱਠਦੇ ਸਾਰੇ ਬਾਹਰ ਕੱਢ ਦਿੰਦੇ ਨੇ ਫਿਰ ਨਵੇਂ ਉਸਤਾਦ ਦਾ ਇੰਟਰਵਿਊ ਸੁਣਨ ਲੱਗ ਪੈਂਦੇ ਇੰਨੇ 'ਚ ਉਹਨਾਂ ਦੀ ਅੱਧੀ ਉਮਰ ਲੰਘ ਗਈ ਅਤੇ ਅੱਧੀ ਲੰਘ ਜਾਂਦੀ ਠੀਕ ਹੈ ਮੈਂ ਇਹ ਗੱਲ ਕਰਦਾ ਅਸੀਂ ਚੰਗਾ ਹੀ ਮੈਸੇਜ ਦਿੰਦੇ ਹਾਂ ਵੇਖੋ ਬੰਦੇ 'ਚ ਸ਼ੌਅਰ ਹੋਣਾ ਚਾਹੀਦਾ ਵੇਖੋ ਮੈਂ ਵੀ ਹਾਂ ਮੈਂ ਜਿਹੜਾ ਬੰਦ ਦੁੰਮ ਹੋਏਗੀ ਹੱਡੀ ਜੋੜ ਪੂਰਾ ਫੜ ਕੇ ਮਜ਼ਾ ਆਉਂਦਾ ਕਬੂਤਰ ਇੱਕ ਸ਼ੌਕੀਨ ਚਾਰ ਬੈਠੇ ਨੇ ਉਹਨੂੰ ਇੰਝ ਦਾ ਕਬੂਤਰ ਦਿਓਗੇ ਤਾਂ ਉਹਨੂੰ ਮਜ਼ਾ ਆਏਗਾ ਨਹੀਂ ਬਸ਼ਰ ਭਾਈ ਨਹੀਂ ਮਜ਼ਾ ਆਏਗਾ ਠੀਕ ਹੈ ਲੇਕਿਨ ਤੁਸੀਂ ਵੇਖੋ ਨਾ ਵਿੱਚ ਵਜ਼ਾਹਤ ਕਰ ਛੱਡੀ ਤੁਸੀਂ ਇੱਕ ਜਗ੍ਹਾ 'ਤੇ ਕਿ ਯਾਰ ਜਿਹੜਾ ਵੇ ਕਬੂਤਰ ਉਹਦਾ ਜਿਹੜੀ ਗੰਢ ਹੈ ਇੰਨੀ ਕੋਈ ਹੋਣੀ ਚਾਹੀਦੀ ਬਰਾਬਰ ਹਕੀਕਤ ਐਡੀ ਮੋਟੀ ਗੰਢ ਦਾ ਬਕਾਰ ਕਬੂਤਰ ਗੱਲ ਆ ਗਈ ਉੱਥੇ ਹੀ ਥੋੜ੍ਹੀ ਜਿਹੀ ਕਬੂਤਰ ਦੇ ਜਿਸਮ ਦੇ ਗੋਸ਼ਤ ਨਹੀਂ ਹੋਣਾ ਚਾਹੀਦਾ ਬਾਡੀ ਸਟਰਕਚਰ ਸਹੀ ਹੋਣਾ ਚਾਹੀਦਾ ਇੰਨਾ ਕੋਈ ਕਬੂਤਰ ਹੋਵੇ ਸਿਰਫ ਇਹ ਚੱਪਾ ਜਿਹੜਾ ਕਬੂਤਰ 12-14 ਘੰਟੇ ਉੱਡੇ ਹਾਈਪਰਵਾਜ਼ਰ ਹੋਏਗਾ ਐਡਾ ਵੱਡਾ ਕਬੂਤਰ ਕਦੀ ਹਾਈਪਰਵਾਜ਼ ਨਹੀਂ ਕਰਦਾ ਨਹੀਂ ਹੁੰਦਾ ਹਾਂ ਹੋਏਗਾ ਕੋਈ ਫੱਗਣ ਚੇਤਰ ਦੇ ਵਿੱਚ ਉੱਡ ਜਾ ਉੱਥੇ ਵੀ ਨਹੀਂ ਉੱਡਦੇ ਉੱਥੇ ਵੀ ਨਹੀਂ ਉੱਡਦੇ ਵੇਖੋ ਆ ਗਿਆ ਨਾ ਉੱਧਰ ਹੀ ਆ ਗਿਆ ਜੋੜ ਅਸੀਂ ਠੀਕ ਨਹੀਂ ਕਾਉਂਟ ਕਰਦੇ ਲੇਕਿਨ ਨਹੀਂ ਨਹੀਂ ਕਰਨੇ ਮੈਂ ਗੱਲ ਨਹੀਂ ਕਰਦਾ ਉਹਦੇ 'ਚ ਗੈਪ ਹੋਣਾ ਜ਼ਰੂਰੀ ਹੋਣਾ ਜ਼ਰੂਰੀ ਹੋਣਾ ਜ਼ਰੂਰੀ ਆ ਜ਼ਿਆਦਾ ਇੰਝ ਇਹ ਜੋੜ ਤਾਂ ਉੱਡਦਾ ਹੀ ਨਹੀਂ ਜੀ ਇਹ ਤਾਂ ਇੱਧਰ ਵੇਖੋ ਇਹ ਤਾਂ ਫਜ਼ੂਲ ਹੈ ਕਬੂਤਰ ਆਂਦਾ ਘਰ ਬਹਿਣ ਆਂਦਾ ਉਹ ਬਹਿਣ ਨਹੀਂ ਦਿੰਦਾ ਇੰਟਰਵਿਊ ਕਰਨਾ ਤੇ ਮੈਂ ਕਿਸੇ ਦੇ ਖਿਲਾਫ ਤੇ ਬਲਕਿ ਮੈਂ ਕਰਨ ਹੀ ਨਹੀਂ ਦਿੰਦਾ ਪਹਿਲੇ ਪਤਾ ਕਿਉਂ ਮੈਂ ਕਹਿ ਦਿੰਦਾ ਭਾਈ ਅਗਰ ਕਰਨੀ ਹੈ ਤੇ ਮੈਂ ਨਹੀਂ ਇਹਨਾਂ ਚੀਜ਼ਾਂ ਨਹੀਂ ਕਰਨੀ ਨਹੀਂ ਚਾਹੀਦੀ ਹਾਂ ਕਿਉਂਕਿ ਸਾਰੇ ਕਾਬਲੇ ਤੁਸੀਂ ਮੈਨੂੰ ਸਵਾਲ ਕੀਤਾ ਠੀਕ ਹੈ ਜੀ 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 ਮੈਂ ਤੁਹਾਨੂੰ ਕਿਹਾ ਕਿ ਹਰ ਤਰ੍ਹਾਂ ਦਾ ਹੀ ਕਬੂਤਰ ਉੱਡਦਾ ਬਿਲਕੁਲ ਅਗਰ ਉਹਦੇ 'ਚ ਖੂਨ ਚੰਗਾ ਹੈ ਨਾ ਬਿਲਕੁਲ ਖੂਨ ਚੰਗਾ ਤਾਂ ਹਰ ਤਰ੍ਹਾਂ ਦਾ ਕਬੂਤਰ ਉੱਡਦਾ ਅਤੇ ਅਗਰ ਬਲੱਡ ਲਾਈਨ ਅੱਛੀ ਨਹੀਂ ਹੈਗੀ ਹੁਣ ਮੈਂ ਵੇਖੋ ਇੱਕ ਛੋਟੀ ਮਿਸਾਲ ਤੁਹਾਨੂੰ ਦਿੰਦਾ ਜੀ ਇੱਕ ਮਰਾਸੀ ਲੈ ਲਓ ਜਵਾਨ ਚੰਗਾ ਤੁਹਾਨੂੰ ਪਤਾ ਮਰਾਸੀ ਜਵਾਨ ਹੀ ਬੜੇ ਜਵਾਨ ਇੱਕ ਰਾਜਪੂਤ ਦਰਮਿਆਨਾ ਲੈ ਲਓ ਤੇ ਕਿਤੇ ਕੋਈ ਲੜਾਈ ਹੋਣ ਡਈ ਏ ਰਾਜਪੂਤ ਮੌਕੇ ਤੇ ਖਲੋ ਕੇ ਮਰ ਜਾਏਗਾ ਤੇ ਮਰਾਸੀ ਦੀ ਇੱਕ ਗੋਲੀ ਨਾਲ ਜਾਨ ਨਿਕਲ ਜਾਏ ਦਬਕੇ ਨਾਲ ਫਿਰ ਕੱਦਾਂ ਦੀ ਬੰਦੇ ਨੇ ਛਾਵੇਂ ਪੈਣਾ ਕੱਦਾਂ ਨੇ ਕਬੂਤਰ ਐਡਾ ਕੋਈ ਉੱਡਦਾ ਕਬੂਤਰ ਮੀਡੀਅਮ ਸਾਈਜ਼ ਕਬੂਤਰ ਉੱਡਦਾ ਜੀ ਮੀਡੀਅਮ ਸਾਈਜ਼ ਹੋਏਗਾ ਨਾ ਜੇ ਕੋਈ ਮਾੜੀ ਮੋਟੀ ਉਹਦੀ ਨਸਲ 'ਚ ਕਮੀ ਕੁਤਾਈ ਵੇ ਤਾਂ ਵੀ ਉੱਡ ਜਾਂਦਾ ਉਹ ਪੂਰਾ ਕਰ ਜਾਂਦਾ ਉਹ ਕਰ ਜਾਂਦਾ ਉੱਡ ਜਾਂਦਾ ਪੂਰੇ ਠੀਕ ਹੈ ਨਹੀਂ ਮਬਸ਼ਰ ਭਾਈ ਇੱਕ ਹੋਰ ਤੁਹਾਡਾ ਨਾਲ ਸਵਾਲ ਹੈ ਛੋਟਾ ਜਿਹਾ ਕਬੂਤਰ ਅਸੀਂ ਕਹਿੰਦੇ ਹਾਂ ਕਿ ਯਾਰ ਵਾਪਸੀ ਅੱਖ 'ਚ ਹੋਣੀ ਚਾਹੀਦੀ ਹੈ ਜਾਂ ਕਬੂਤਰ ਉੱਤੇ ਟੁਰ ਗਿਆ ਹਾਈਟ 'ਤੇ ਟੁਰ ਗਿਆ ਕਬੂਤਰ ਨੇ ਕਿੱਥੋਂ ਆਪਣਾ ਘਰ ਦੁਬਾਰਾ ਫੋਕਸ ਕਰਨਾ ਮੈਂ ਦੱਸਦਾ ਤੁਹਾਨੂੰ ਜੀ ਜਿਹੜੇ ਕਬੂਤਰ ਦੀ ਅੱਖ 'ਚ ਹੁੰਦੇ ਨਾ ਜ਼ਿਆਦਾ ਰਿੰਗ ਠੀਕ ਹੋ ਗਿਆ ਠੀਕ ਹੈ ਉਹ ਅਕਲਮੰਦ ਕਬੂਤਰ ਹੁੰਦਾ ਉਹ ਅਕਲਮੰਦ ਹੁੰਦਾ ਹੀ ਅਕਲਮੰਦ ਜ਼ਿਆਦਾ ਲੋਕ ਉਹਨਾਂ ਨੂੰ ਜੋੜਿਆਂ 'ਚ ਬਰੀਡਿੰਗ ਵਾਸਤੇ ਇਸਤੇਮਾਲ ਕਿਉਂ ਕਰਦੇ ਨੇ ਅੱਗੇ ਅੱਗੇ ਨਸਲ ਬਣਾਵਾਂਗੇ ਠੀਕ ਹੋ ਗਿਆ ਜਿਹੜਾ ਅਕਲ ਜਿਹੜਾ ਸਾਫ ਅੱਖ ਦਾ ਕਬੂਤਰ ਹੁੰਦਾ ਨਾ ਠੀਕ ਹੋ ਗਿਆ ਉਹ ਇੰਝ ਛੱਡੋਗੇ ਦਸਤੀ ਸਮਾਨ ਦੀ ਉਸ ਗਹਿਰਾਈ 'ਚ ਜਾ ਵੜੇਗਾ ਪਾਗਲਪਣ ਦੇ ਵਿੱਚ ਜਿੱਥੇ ਉਹਨੂੰ ਪਤਾ ਵੀ ਨਹੀਂ ਲੱਗਦਾ ਠੀਕ ਹੋ ਗਿਆ ਠੀਕ ਹੈ ਉਹ ਸ਼ਾਮ ਨੂੰ ਬਵੇਗਾ ਫੁੱਲ ਜਾਲੀਦਾਰ ਅੱਖਾਂ ਵਾਲਾ ਕਬੂਤਰ ਨਾ ਪੱਕੇ ਟਾਈਮ ਦਾ ਹੋਏਗਾ 12-1.5 ਵਜੇ ਉਹ ਲਗਾਏਗਾ ਘਰ ਨੂੰ ਉਹਦੀ ਵਜ੍ਹਾ ਕੀ ਹੁੰਦੀ ਹੈ ਉਹ ਕਬੂਤਰ ਜਾ ਕੇ ਚਮਕ ਦੇ ਵਿੱਚ ਖਲੋ ਜਾਂਦਾ ਪੂਰਾ ਬੰਦ ਨਹੀਂ ਹੁੰਦਾ ਉਹਦੀ ਨਜ਼ਰ ਆਪਣੇ ਘਰ 'ਤੇ ਹੁੰਦੀ ਜਦੋਂ ਧੁੱਪ ਪੈਂਦੀ ਨਾ ਉਹ ਉਵੇਂ ਆਸਤਾ ਘਰ ਆ ਜਾਂਦਾ ਠੀਕ ਹੋ ਜਿਹੜਾ ਸਾਫ ਅੱਖ ਦਾ ਕਬੂਤਰ ਹੁੰਦਾ ਨਾ ਉਹ ਕਬੂਤਰ ਬੰਦ ਹੋ ਜਾਂਦਾ ਉਹ ਸ਼ਾਮ ਤੀਕਰ ਕਬੂਤਰ ਉੱਡਦੇ ਨੇ ਠੀਕ ਇਹਦਾ ਮਤਲਬ ਤੁਸੀਂ ਅੱਖ 'ਤੇ ਹੀ ਜ਼ਿਆਦਾ ਫੋਕਸ ਕਰ ਅੱਖ 'ਤੇ ਜ਼ਿਆਦਾ ਫੋਕਸ ਕਰ ਮੈਂ ਤਾਂ ਅੱਖ ਮੈਂ ਆਪਣੇ ਮੇਰੇ ਤਜਰਬਾ ਤੁਹਾਨੂੰ ਦੱਸ ਰਿਹਾ ਜਿਹੜਾ ਮੈਂ ਪ੍ਰੈਕਟੀਕਲ ਕੀਤਾ ਹੈ ਕਿ ਜਾਲੀਦਾਰ ਅੱਖਾਂ ਦਾ ਕਬੂਤਰ ਡੋਬ ਨਹੀਂ ਕਰਦਾ
ਠੀਕ ਹੋ ਗਿਆ ਪੂਰਾ ਨਹੀਂ ਡੁੱਬੇਗਾ ਜਿੱਥੇ ਧੁੱਪ ਪੈ ਗਈ ਉਹ ਲਗਾਏਗਾ ਉਹ ਜਲਦੀ ਬਹਿਗਾ ਠੀਕ ਹੋ ਗਿਆ ਸਾਫ ਅੱਖ ਦਾ ਕਬੂਤਰ ਸ਼ਾਮ ਤੇ ਕਰ ਵੀ ਉੱਡ ਜਾਏਗਾ ਉਹ ਡੋਬ ਕਰ ਜਾਂਦਾ ਕਿਉਂਕਿ ਉਹਨੇ ਠੰਡੇ ਜਗ੍ਹਾ ਤੇ ਪਹੁੰਚ ਜਾਣਾ ਉਹ ਡੋਬ ਕਰ ਜਾਂਦਾ ਆਪਣੇ ਲੰਗਰ 'ਚ ਪਹੁੰਚ ਗਿਆ ਉਹਦੇ 'ਚ ਸਾਫ ਅੱਖ ਵਾਲੇ 'ਚ ਵੇਖੋ ਸਾਫ ਅੱਖ ਵਾਲੇ ਉੱਡਦੇ ਨੇ ਤੇ ਸ਼ਾਮ ਨੂੰ ਕਰ ਬੈਂਦੇ ਨੇ ਨਾ ਇੰਜ ਹੀ ਗੱਲ ਲੇਕਿਨ ਜਿਹੜਾ ਜਾਲੀਆਂ ਅੱਖਾਂ ਹੁੰਦੇ ਰਿੰਗ ਡਬਲ ਰਿੰਗ ਤੇ ਰਿੰਗ ਚੜਿਆ ਹੁੰਦਾ ਨਾ ਉਹ ਕਬੂਤਰ ਜ਼ਿਆਦਾ ਬੰਦੇ ਨੂੰ ਬਰੀਡਿੰਗ ਵਾਸਤੇ ਰੱਖ ਲੈਣਾ ਚਾਹੀਦਾ ਚਾਹੇ ਉਹ ਕਿਸੇ ਨਸਲ ਦਾ ਸਿਆਲਕੋਟੀ ਹੈ ਡਬਲ ਹੈ ਇੱਕ ਮੱਗਰ ਹੈ ਚੀਨਾ ਹੈ ਜਿਹੜਾ ਵੀ ਕੋਈ ਵੀ ਕੋਈ ਵੀ ਉਹ ਬਰੀਡਿੰਗ 'ਚ ਕੰਮ ਦੇ ਬਰੀਡਿੰਗ 'ਚ ਕੰਮ ਦੇਗਾ ਪਰਵਾਹ 'ਚ ਘੱਟ ਪਰਵਾਹ 'ਚ ਉਸ ਲੈਵਲ ਦੀ ਪਰਵਾਹ ਲੰਮੀ ਨਹੀਂ ਕੱਟ ਸਕਦਾ ਜਿਸ ਲੈਵਲ ਦੀ ਦੂਸਰਾ ਸਾਫ ਅੱਖ ਦਾ ਕਬੂਤਰ ਉੱਡਦਾ ਠੀਕ ਹੋ ਠੀਕ ਹੋ ਲੋ ਜੀ ਦੋਸਤੋ ਅਸਲ ਗੱਲ ਇਹ ਵੇ ਕੇ ਵੇਖੋ ਇੱਕ ਤਾਂ ਨਸਲ ਦਾ ਤੁਹਾਨੂੰ ਪਤਾ ਲੱਗ ਗਿਆ ਕਿ ਯਾਰ ਜਿਹਦੇ ਜ਼ਿਆਦਾ ਰਿੰਗ ਨੇ ਉਹਨੂੰ ਤੁਸੀਂ ਬਰੀਡਿੰਗ ਪੇਅਰ 'ਚ ਕੰਮ ਕਰ ਸਕਦਾ ਉਹ ਕਬੂਤਰ ਔਰ ਉਹ ਅੱਗੇ ਚੰਗੇ ਹੀ ਬੱਚੇ ਬਣਾਏਗਾ ਔਰ ਚੰਗੇ ਹੀ ਉੱਡੇਗਾ ਉਹ ਅੱਗੋਂ ਕਿੰਨੇ ਵੀ ਬੱਚੇ ਉਹਦੇ ਉੱਡਣਗੇ ਕਿਸੇ ਨਸਲ ਨੂੰ ਵੀ ਤੁਸੀਂ ਪਾ ਦਿਓ ਵੇਖੋ ਚਾਹੇ ਬਟੇਰਾ ਹੋਵੇ ਮੁਬਸ਼ਰ ਖੋਖਰ ਸਾਹਿਬ ਕਹਿੰਦੇ ਨੇ ਕੁਝ ਚਾਹੇ ਬਟੇਰਾ ਚਾਹੇ ਸਿਆਲਕੋਟੀ ਚਾਹੇ ਕਸੂਰੀ ਹੈ ਚਾਹੇ ਅਲੀ ਵਾਲਾ ਉਹਨੂੰ ਕਿਸੇ 'ਚ ਵੀ ਪਾ ਸਕਦੇ ਔਰ ਬਿਹਤਰ ਹੀ ਹੋਏਗਾ ਅਤੇ ਮਜ਼ੇਦਾਰ ਗੱਲ ਹੈ ਅਤੇ ਬਾਕੀ ਸਾਹ ਜੀ ਕੋਈ ਮੈਸੇਜ ਆਪਣਾ ਦੇਣਾ ਚਾਹੁੰਦੇ ਹੋ ਜੇ ਅੱਗੇ ਕੋਈ ਗੱਲ ਵਧਾਉਣੀ ਹੈ ਤਾਂ ਦੱਸੋ ਮੈਸੇਜ ਤਾਂ ਕੋਈ ਨਹੀਂ ਮੇਰੀ ਰਿਕੁਐਸਟ ਹੈ ਜਿੰਨੇ ਵੀ ਕਬੂਤਰ ਪਰਵਰ ਭਰਾ ਨੇ ਜੀ ਕਿ ਇਹ ਸਾਡਾ ਸ਼ੌਕ ਹੈ ਮੈਂ ਨਾ ਇਸ ਸ਼ੌਕ ਨੂੰ 40 ਸਾਲ ਪਿਛਾਂ ਲੈ ਜਾਓ ਜਿੱਥੇ ਰਾਤ ਨੂੰ ਇੱਕ ਬੈਠਕ 'ਚ ਸਾਰੇ ਕਬੂਤਰਬਾਜ਼ ਬਹਿੰਦੇ ਸਾਰੇ ਮੁਹਾਲਫ ਇਕੱਠੇ ਬਹਿ ਕੇ ਤੇਰੀ ਮੇਰੀ ਬਾਜ਼ੀ ਉੱਡ ਗਈ ਸਵੇਰੇ ਫਿਰ ਰਾਤ ਨੂੰ ਫਿਰ ਉੱਥੇ ਸ਼ਾਇਦ ਸ਼ਾਮ ਨੂੰ ਇਕੱਠੇ ਬੈਠੇ ਉਸ ਜਗ੍ਹਾ 'ਤੇ ਲੈ ਜਾਓ ਇਹਨੂੰ ਹੁਣ ਇੱਕ ਸਿਸਟਮ ਕੀ ਚੱਲਣ ਡਿਆ ਕਬੂਤਰਬਾਜ਼ੀ ਘੱਟ ਸਿਆਸਤ ਬਹੁਤੀ ਮੈਂ ਤੁਹਾਡੀਆਂ ਲੱਤਾਂ ਖਿੱਚ ਰਿਹਾ ਤੁਸੀਂ ਮੇਰੀਆਂ ਖਿੱਚ ਰਹੇ ਹੋ ਅਸੀਂ ਕਬੂਤਰਬਾਜ਼ੀ 'ਚ ਉਹ ਲੜਾਈ ਬਣਾ ਲਈਏ ਜਿਵੇਂ ਅਸੀਂ ਕੋਈ ਦਾਦੇ ਵੰਡਣੀ ਪੈਲੀਆਂ ਵੰਡਣੀਆਂ ਉਹ ਚੱਕਰ ਕਿਹਾ ਯਾਰ ਕਾਹਦੀ ਮੁਹਾਲਫਤ ਸਾਡਾ ਸ਼ੌਕ ਹੈ ਸ਼ੌਕ ਨੂੰ ਅੱਛੇ ਤਰੀਕੇ ਨਾਲ ਕਰੋ ਮਿਲ ਬੈਠ ਕੇ ਕਰੋ ਹੱਸ ਖੇਡ ਕੇ ਕਰੋ ਅਸੀਂ ਮੁਹਾਲਫਤ ਬਣਾਈ ਜਾਂਦੀ ਆ ਮੇਰਾ ਦੁਸ਼ਮਣ ਹੈ ਅੱਜ ਮੇਰੀ ਇਹਦੀ ਉਸਤਾਦ ਮੁੱਲਾ ਹੈ ਮਤਮਾਰੇ ਨੇ ਅਜ਼ਹਰ ਕਲੱਬ ਵਾਲਾ ਮਤਲਬ ਇਹਨਾਂ ਨਾਲ ਮੇਰੀਆਂ ਬੜੀਆਂ ਪੁਰਾਣੀਆਂ ਬਾਜ਼ੀਆਂ ਉੱਡ ਰਹੀਆਂ ਨੇ ਅੱਛਾ ਤੁਸੀਂ ਯਕੀਨ ਕਰੋ ਮੇਰੀ ਉਹਨਾਂ ਦੀ ਬਾਜ਼ੀ ਉੱਡੀ ਹੋਵੇ ਮੈਨੂੰ ਟੈਨਸ਼ਨ ਹੀ ਨਹੀਂ ਮੌਸਮ ਭੇਜਿਆ ਠੀਕ ਹੈ ਨਹੀਂ ਕੋਈ ਗੱਲ ਨਹੀਂ ਕੋਈ ਟੈਨਸ਼ਨ ਨਹੀਂ ਵਾਹ ਮੈਨੂੰ ਉਹਨਾਂ ਵੱਲੋਂ ਟੈਨਸ਼ਨ ਕੋਈ ਉਹਨਾਂ ਨੂੰ ਮੇਰੇ ਵੱਲੋਂ ਟੈਨਸ਼ਨ ਕੋਈ ਨਹੀਂ ਫੁੱਲ ਇਤਮਾਦ ਯਾਨੀ ਕਿ ਇਸ ਤਰੀਕੇ ਨਾਲ ਬਾਜ਼ੀਆਂ ਉੱਡਦੀਆਂ ਨੇ ਔਰ ਜਦੋਂ ਕਿਤੇ ਅਸੀਂ ਮਿਲਨੇ ਆ ਨਾ ਯਕੀਨ ਕਰੋ ਮੈਨੂੰ ਲੱਗਦਾ ਜਿਵੇਂ ਮੇਰਾ ਇਹ ਹਰੀਫ ਹੈ ਹੀ ਨਹੀਂ ਸੱਕੇ ਭਰਾ ਹਾਂਜੀ ਹਰੀਫ ਬੰਦੇ ਦਾ ਸਰਮਾਇਆ ਹੁੰਦਾ ਤੁਸੀਂ ਹਰੀਫ ਨੂੰ ਨਹੀਂ ਬੁਲਾਉਣਾ ਤੁਸੀਂ ਸ਼ੌਕ ਕਿਹਦੇ ਨਾਲ ਕਰਨਾ ਬਿਲਕੁਲ ਹਰੀਫ ਜਾਂ ਮੁਹਾਲਫਤ ਰੱਖੋ ਕਬੂਤਰ ਉੱਡੇ ਨੇ ਕਬੂਤਰ ਬਹਿ ਗਏ ਤਾਂ ਤੁਸੀਂ ਭਰਾ ਕਬੂਤਰ ਉੱਡਿਆਂ ਦੇ 40 ਤੇਰੀ ਮੇਰੀ ਬਾਜ਼ੀ ਲੱਗੀ ਬਸ ਇਹ ਹੋਣਾ ਚਾਹੀਦਾ ਅਤੇ ਮੈਂ ਤਾਂ ਰਿਕੁਐਸਟ ਕਰਾਂਗਾ ਕਿ ਹਰ ਬੰਦਾ ਇੰਝ ਹੀ ਕਰੇ ਅਤੇ ਇਹ ਲੜਾਈ ਝਗੜੇ ਇਹਦੇ 'ਚੋਂ ਖਤਮ ਕਰੋ ਇਹਦੇ 'ਚ ਮੈਂ ਕੁਛ ਕਹਿਣਾ ਨਹੀਂ ਚਾਹੁੰਦਾ ਲੇਕਿਨ ਸਾਡੇ ਮੀਡੀਆ ਵਾਲੇ ਨੇ ਮੈਂ ਜਿੱਥੇ ਵੀ ਜਾਣਾ ਨਾ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਮੈਂ ਕਹਿੰਦਾ ਨਹੀਂ ਯਾਰ ਜੇ ਅਗਰ ਅਸੀਂ ਇੰਝ ਦੇ ਮੈਸੇਜ ਦੇਣ ਲੱਗ ਪਏ ਤਾਂ ਫਿਰ ਬਾਕੀ ਲੋਕ ਕੀ ਕਰਨਗੇ ਫਿਰ ਤਾਂ ਲੜਾਈਆਂ ਵਧਣੀਆਂ ਘਟਣੀਆਂ ਤਾਂ ਨਹੀਂ ਅਤੇ ਲੇਕਿਨ ਮੇਰੀ ਮਾਂ ਨਾਲ ਮੈਂ ਬੜੇ ਮੈਂ ਕਹਿਣਾ ਚਾਹੁੰਦਾ ਮੀਡੀਆ ਜਿਹੜਾ ਹੁੰਦਾ ਨਾ ਜੀ ਉਹ ਟੋਟਲ ਸਾਰੇ ਜਿੰਨੇ ਵੀ ਸ਼ੌਕੀਨ ਉਹਨਾਂ ਦਾ ਮੁਸ਼ਤਰਕ ਹੈ ਬਿਲਕੁਲ ਮੁਸ਼ਤਰਕ ਹੈ ਤੁਹਾਨੂੰ ਮੈਂ ਵੀ ਉਹਨਾਂ ਇਹ ਵੀ ਮਤਲਬ ਜਿਤਨੇ ਵੀ ਸਾਰੇ ਕਬੂਤਰਬਾਜ਼ ਭਰਾ ਨੇ ਸਾਰੇ ਤੁਹਾਨੂੰ ਬਰਾਬਰ ਦੇ ਨੇ ਬਿਲਕੁਲ ਜਦੋਂ ਤੁਸੀਂ ਮੀਡੀਆ ਨੂੰ ਪਾਰਟੀ ਬੇਸ 'ਤੇ ਲੈ ਆਵੋਗੇ ਨਾ ਫਿਰ ਉਹ ਤੁਸੀਂ ਮੀਡੀਆ ਪਰਸਨ ਖਤਮ ਹੋ ਗਿਆ ਫਿਰ ਤਾਂ ਤੁਸੀਂ ਪਾਰਟੀ 'ਚ ਆ ਗਏ ਬਿਲਕੁਲ ਇੰਝ ਗੱਲ ਹੈ ਫਿਰ ਗਲਤ ਹੋ ਗਿਆ ਕੰਮ ਮੈਂ ਤਾਂ ਚਾਹੁੰਦਾ ਵਾਂ ਪਾਰਟੀਆਂ ਜਿਤਨੀਆਂ ਮਰਜ਼ੀ ਹੋਣ ਲੇਕਿਨ ਸ਼ੌਕ ਹੋਣਾ ਚਾਹੀਦਾ ਹੱਸ ਖੇਡ ਕੇ ਇੱਕ ਜਗ੍ਹਾ 'ਤੇ ਇੱਕ ਬੈਠਕ ਦਾ ਨਾਂ ਸ਼ੌਕ ਹਾਂਜੀ ਮਜ਼ਾ ਹੀ ਮਜ਼ਾ ਹੀ ਹੋਵੇ ਜਿੱਥੇ ਤੁਸੀਂ ਮਿਲੋ ਤੁਹਾਨੂੰ ਹੋਵੇ ਯਾਰ ਮਜ਼ਾ ਆਏ ਯਾਰ ਸ਼ੌਕ ਤੇਰੇ ਨਾਲ ਯਾਰ ਬੈਠੇ ਸਾਂ ਯਾਰ ਮਜ਼ਾ ਆਇਆ ਬਾਤ ਹੈ ਇਸ ਤਰ੍ਹਾਂ ਨੇ ਜਿੰਨੇ ਉਸਤਾਦ ਗੁਜ਼ਰ ਗਏ ਨੇ ਉਹ ਸਾਰੇ ਇੰਝ ਹੀ ਬਹਿ ਕੇ ਸ਼ੌਕ ਕਰਦੇ ਸੀ ਹਾਂ ਇੰਝ ਹੀ ਕਰਦੇ ਉਸਤਾਦ ਮੁਬਸ਼ਰ ਸਾਹਿਬ ਤੁਸੀਂ ਵੇਚਣ ਵਿਚਾਉਣ ਦਾ ਵੀ ਕੋਈ ਕੰਮ ਕਾਰੋਬਾਰ ਸ਼ੁਰੂ ਕੀਤਾ ਕਿ ਨਹੀਂ ਸੇਲ ਪਰਚੇਜ਼ ਦਾ ਮੈਂ ਬੜੇ ਵੇਚਦਾ ਕੋਈ ਬੱਚੇ ਵੇਚੀਦੇ ਨੇ ਅੱਛਾ ਮੈਨੂੰ ਤਕਰੀਬਨ ਕੁਛ 6-7 ਸਾਲ ਹੋ ਗਏ ਮੈਂ ਵੇਚਦਾ ਪਿਆ ਕਿਹੜੀ ਕਿਹੜੀ ਬਰੀਡ ਸਾਰੀਆਂ ਮਤਲਬ ਜਿਹੜਾ ਵੀ ਕੋਈ ਮੇਰੇ ਕੋਲੋਂ ਮੰਗਦਾ ਮੈਂ ਦੇ ਦਿੰਦਾ ਅੱਛਾ ਜਿਹੜੀ ਜਿਹੜਾ ਵੀ ਕਬੂਤਰ ਜੇ ਮੈਂ ਪੈਸੇ ਪੂਰੇ ਲੈਂਦੇ ਨਾ ਮੈਂ ਹਰਾਮਜ਼ਦਗੀ ਨਹੀਂ ਕਰਨੀ ਉਹਨੂੰ ਕਬੂਤਰ ਵੀ ਅਸਲ ਦੇਣਾ ਵਾਹ ਪੈਸੇ ਆਪਣੀ ਮਰਜ਼ੀ ਦੇ ਲੈਣੇ ਨੇ ਠੀਕ ਅਤੇ ਇਹ ਨਹੀਂ ਕੰਮ ਕਰਨਾ ਕਿ ਤੁਹਾਨੂੰ ਦੇ ਦਿੱਤਾ ਉੱਥੇ ਜਾ ਕੇ ਮੈਨੂੰ ਮਾਵਾਂ ਭੈਣ ਗਾਲਾਂ ਕੱਢ ਪਿਆ ਕਿ ਮੈਨੂੰ ਦੇ ਦਿੱਤਾ ਸੂ ਤੁਸੀਂ ਲੈ ਕੇ ਗਏ ਤੁਸੀਂ 10 ਬੰਦੇ ਹੋਰਾਂ ਨੂੰ ਦੱਸਿਆ ਕਿ ਯਾਰ ਉੱਥੋਂ ਚੰਗੇ ਲੱਭਣਗੇ ਕਿੰਨੇ ਤੋਂ ਸ਼ੁਰੂ ਹੁੰਦਾ ਵੇ ਯਾਰ ਨਹੀਂ ਥੋੜ੍ਹਾ ਜਿਹਾ ਇਹ ਵੀ ਦੱਸੋ ਨਾ ਬਸ ਜੀ ਕਬੂਤਰ ਦੇ ਨਾਲ ਹੁੰਦਾ ਜਿਹੜਾ ਬੰਦਾ ਆਉਂਦਾ ਮੈਨੂੰ ਇਹ ਚਾਹੀਦਾ ਉਸ ਕਬੂਤਰ ਦੇ ਹਿਸਾਬ ਦੇ ਨਾਲ
ਨਹੀਂ ਉਹਦੀ ਮਰਜ਼ੀ ਨਾਲ ਰੇਟ ਹੋਣਾ ਹੈਗਾ, ਤੁਹਾਡੀ ਮਰਜ਼ੀ ਨਾਲ ਹੋਣਾ ਕਿ ਇਹਦੇ ਇਹਨੂੰ ਇਹਦੇ ਵੱਡੇ ਕਬੂਤਰ ਮੈਂ ਸੇਲ ਨਹੀਂ ਕਰਦਾ। ਠੀਕ ਹੋ ਗਿਆ। ਬਰੀਡਿੰਗ ਵਾਲਾ ਬੱਚਾ ਮੈਂ 5,000 ਦਾ ਦੇਣਾ, ਮੋਡਨ ਵਾਲਾ 5,000 ਦਾ ਦੇਣਾ। ਮਾਸ਼ਾਅੱਲਾ। ਬਰੀਡਿੰਗ ਵਾਲੇ 'ਚ ਵੀ ਮੇਰੀ ਗਰੰਟੀ ਸਾਰੀ ਜ਼ਿੰਦਗੀ ਦੀ, ਉਹਦੇ ਕਬੂਤਰ ਨਾ ਬਣਾਵੇ ਤਾਂ ਵੀ ਮੈਂ ਜਵਾਬਦਾਰ ਹਾਂ। ਇਹ ਨਹੀਂ ਕਿਤੋਂ ਪੈਸੇ ਲੈ ਲੈਂਦਾ ਚੱਲ ਤੂੰ ਨਾ, ਮੈਂ ਜਦ ਤੱਕ ਮੈਂ ਜਿਉਂਦਾ ਮੇਰੇ ਕਬੂਤਰ ਅਗਲੇ ਬੰਦੇ ਕੋਲ ਜਿਉਂਦੇ ਨੇ, ਮੈਂ ਜਵਾਬਦਾਰ। ਬੜੀ ਵੱਡੀ ਗੱਲ, ਠੀਕ ਹੈ, ਵੱਡੀ ਗੱਲ ਯਾਰ, ਕਿਉਂਕਿ ਮੈਂ ਉਹਨੂੰ ਦੇਣਾ ਹੀ ਹੋਵੇ ਕਿ ਜੇ ਮੇਰੇ ਕੋਲ ਨਸਲ ਬਣਾ ਸਕਦੇ ਤੁਹਾਡੇ ਕੋਲ ਕਿਉਂ ਨਹੀਂ ਬਣਾ ਸਕਦੇ? ਕਿਉਂ ਨਹੀਂ ਬਣਾ ਸਕਦੇ? ਸਹੀ ਗੱਲ, ਵੈਰੀ ਗੁੱਡ, ਮਜ਼ੇਦਾਰ ਗੱਲ ਹੈ ਯਾਰ। ਵੇਖੋ ਇਹ ਕੋਈ ਕੋਈ ਜ਼ਿੰਮੇਵਾਰੀ ਚੁੱਕਦਾ ਐਂਡ ਤੱਕ, ਕੋਈ ਨਹੀਂ ਚੁੱਕਦਾ, ਮੈਂ ਐਂਡ ਤੱਕ ਚੁੱਕਾ। ਕਿ ਵੀ ਜੇ 5 ਸਾਲ ਤੁਸੀਂ ਰੱਖ ਲੈਣੇ ਤੁਹਾਡੇ ਦੀਨ ਮਾਨ ਦੇ, 5 ਸਾਲਾਂ ਬਾਅਦ ਮੈਨੂੰ ਕੋਈ ਨਾ ਮੇਰੇ ਕੋਲ ਕੰਮ ਨਹੀਂ ਕੀਤਾ, ਮੈਨੂੰ ਵਟਾ ਦੇ, ਮੈਨੂੰ ਕਹਿੰਦਾ ਲੈ ਲੈ। ਵੱਡੀ ਗੱਲ ਹੈ ਸਾਜੀ, ਵੱਡੀ ਗੱਲ ਹੈ। ਲਓ ਜੀ, ਤੁਹਾਨੂੰ ਖੁੱਡਿਆਂ ਦਾ ਵੀ ਸ਼ੋਅ ਕਰਾਉਂਦੇ ਹਾਂ। ਬੜਾ ਪਿਆਰਾ ਸੈਟਅਪ ਹੈ ਉਹਨਾਂ ਦਾ, ਬਹੁਤ ਮਜ਼ੇਦਾਰ ਸੈਟਅਪ ਹੈ। ਅਤੇ ਸਾਡੀਆਂ ਅਗਰ ਗੱਲਾਂ ਚੰਗੀਆਂ ਲੱਗੀਆਂ ਤਾਂ ਮੈਂ ਵੈਸੇ ਹੁਣ ਕਹਿਣਾ ਛੱਡ ਦਿੱਤਾ ਵੇ, ਕਿਉਂਕਿ ਮੈਨੂੰ ਕਾਫੀ ਮਾਸ਼ਾਅੱਲਾ ਬਿਹਤਰੀਨ ਮੇਰੇ ਦੋਸਤ ਮੇਰਾ ਸਾਥ ਦੇ ਰਹੇ। ਜੀ ਜੀ, ਮੇਰੀ ਕਿਸੇ ਉਸਤਾਦ ਨੂੰ ਜਾਂ ਕਿਸੇ ਮੇਰੇ ਭਰਾ ਨੂੰ ਗੱਲ ਬੁਰੀ ਲੱਗੀ ਤਾਂ ਮੈਂ ਉਹਦੀ ਮਾਜ਼ਰਤ ਕਰਾਂਗਾ, ਲੇਕਿਨ ਮੈਂ ਗੱਲ ਉਹ ਕੀਤੀ ਹੈ ਪ੍ਰੈਕਟੀਕਲ ਦੀ, ਆਪਣਾ ਤਜਰਬਾ ਸ਼ੇਅਰ ਕੀਤਾ ਤੁਹਾਡੇ ਨਾਲ, ਅਤੇ ਮੇਰਾ ਨਹੀਂ ਖਿਆਲ ਜਿੱਡਾ ਸਖਤ ਮੇਰਾ ਤਜਰਬਾ ਕਿਸੇ ਦਾ ਵੀ ਹੋਵੇ, ਇਹ ਫੇਲ ਨਹੀਂ ਹੋ ਸਕਦਾ। ਇਹਨੂੰ ਅਗਰ ਤੁਸੀਂ ਕਰੋਗੇ ਤਾਂ ਤੁਸੀਂ ਕਾਮਯਾਬ ਹੋਵੋਗੇ। ਯਾਦ ਆ ਗਿਆ ਹੁਣ, ਇੱਥੋਂ ਹੀ ਗੱਲ ਯਾਦ ਆ ਗਈ, ਮੁਬਸ਼ਰ ਭਾਈ ਕਬੂਤਰ ਉੱਤੋਂ ਖਰਾਬ ਹੋ ਗਿਆ ਗਿਆ। ਹਾਂਜੀ, ਉਹਦਾ ਉਹ ਸੁੱਜ ਗਿਆ ਥੱਲਿਓ। ਹਾਂ, ਮੈਂ ਅੱਗੇ ਕਈ, ਵੇਖੋ ਜੀ ਮੇਰੀ ਗੱਲ ਯਾਦ ਰੱਖਣਾ, ਇਹ ਨਾ ਕਹਿਣਾ ਕਿ ਮੈਂ ਹਰ ਮੂਵੀ 'ਚ ਇਹਦਾ ਨਾਂ ਲੈਂਦਾ, ਕਿਉਂ ਕਿਸੇ ਨੂੰ ਮਾਂ ਬਾਦੀ ਅਤੇ ਕਿਸੇ ਨੂੰ ਮਾਂ ਨਰੋਏ ਹੁੰਦੇ ਜੇ, ਕਈ ਕਿਸੇ ਉਸਤਾਦ ਦੀ ਗੱਲ ਮੰਨ ਲੈਂਦੇ ਅਤੇ ਕਈ ਨਹੀਂ ਜੇ ਮੰਨਦੇ, ਇੰਝ ਗੱਲ ਕਿ ਨਹੀਂ ਮੁਬਸ਼ਰ ਭਾਈ? ਹਾਂਜੀ ਬਿਲਕੁਲ, ਕਈ ਗੱਲ ਕੋਈ ਮੰਨ ਲੈਂਦੇ ਨੇ ਅਤੇ ਕਈ ਨਹੀਂ ਮੰਨਦੇ, ਇੰਝ ਗੱਲ ਕਈ ਕਹਿੰਦੇ ਨੇ ਯਾਰ। ਭਾਜੀ ਮੈਂ ਤੁਹਾਨੂੰ ਇਹਦੀ ਮਿਸਾਲ ਦਿੰਦਾ ਵਾਂ, ਬੰਦਾ ਹੈ ਜੀ ਬਹਾਰ ਚੜ੍ਹ ਗਿਆ, ਕੋਈ ਪੈਨਾਡੋਲ ਨਾਲ ਬਚ ਜਾਂਦਾ, ਕੋਈ ਮੋਕਸਲ ਨਾਲ ਬਚਦਾ, ਕੋਈ ਕਿਸੇ ਨਾਲ ਬਚਦਾ। ਮੈਨੂੰ ਬਹਾਰ ਚੜਿਆ, ਮੈਂ ਪੈਨਾਡੋਲ ਗੋਲੀ ਖਾ ਲਈ, ਮੈਂ ਬਚ ਗਿਆ। ਮੈਂ ਤੁਹਾਨੂੰ ਦੱਸ ਦਿੱਤੀ ਤੁਸੀਂ ਨਹੀਂ ਬਚੇ, ਤੁਹਾਡੀ ਤਬੀਅਤ ਨੂੰ ਕੁਛ ਹੋਰ ਦਵਾਈ ਚਾਹੀਦੀ, ਮੇਰੀ ਤਬੀਅਤ ਨੂੰ ਮੈਨੂੰ ਉਹ ਲੱਗ ਗਈ। ਬਿਲਕੁਲ, ਕਬੂਤਰ ਸਭ ਤੋਂ ਪਹਿਲੋਂ ਪਹਿਲੀ ਚੀਜ਼ ਇਹ ਵੇ, ਕਬੂਤਰ ਦੀ ਜਿਹੜਾ ਬੰਦਾ ਤਬੀਅਤ ਸਮਝ ਗਿਆ ਉਹ ਹੀ ਉਸਤਾਦ ਹੈ। ਕਬੂਤਰ ਕਬੂਤਰ ਨੂੰ ਚਾਹੀਦਾ ਕੀ? ਕਬੂਤਰ ਉਡਾਏ ਨੇ 7 ਕਬੂਤਰਾਂ ਨੂੰ ਤੁਸੀਂ ਸੇਮ ਦਵਾਈ ਦਿੱਤੀ, ਸੇਮ ਹੀ ਤੁਹਾਡੀ ਖੁਰਾਕ ਹੈ। 2 ਸਵੇਰ ਸਵੇਰ ਬਹਿ ਗਏ ਨੇ ਤੁਹਾਡੇ ਚੰਗੇ ਕਬੂਤਰ, 5 ਸ਼ਾਮ ਨੂੰ ਬੈਠੇ ਨੇ। ਉਸਤਾਦ ਜ਼ਿਆਦਾਤਰ ਕੀ ਕਰਦੇ ਨੇ, ਇਹਦੀ ਭੈਣ ਚੋਂ ਇਹਨੂੰ ਮੈਂ ਸਵੇਰੇ ਨਹੀਂ ਬਣਾਂਗਾ, ਸਵੇਰੇ ਉਹਨੂੰ ਡਬਲ ਡੋਜ਼ ਕਰ ਦਿੰਦੇ, ਡਬਲ ਕਰ ਦਿੰਦੇ ਨੇ, ਫਿਰ ਸਵੇਰੇ ਜਾਂ ਸਵੇਰੇ ਬਹਿਣ ਜੇ ਉੱਤੋਂ ਨਹੀਂ ਆਉਂਦਾ। ਤੁਸੀਂ ਇਹ ਵੇਖੋ ਕਿ ਯਾਰ ਇਹਨਾਂ ਨੂੰ ਇਹ ਦਵਾਈ ਸੂਟ ਨਹੀਂ ਕੀਤੀ, ਇਹਨਾਂ ਨੂੰ ਚੇਂਜ ਕਰ ਦਿਓ, ਚੇਂਜ ਕਰੋਗੇ ਉਹ ਵੀ ਉੱਡਣ ਲੱਗ ਪੈਣਗੇ, ਉਹ ਵੀ ਉੱਡਣ ਲੱਗ ਪੈਣਗੇ। ਤੁਸੀਂ ਖੁੱਡੇ 'ਚ ਵੜੋ, ਤੁਹਾਨੂੰ ਕਬੂਤਰ ਖੁਦ ਦੱਸੇ ਮੈਂ ਸਵੇਰੇ ਕਿੰਨਾ ਕਿੰਨਾ ਉੱਡਾਂਗਾ, ਹਾਏ 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 ਵੱਡੀ ਗੱਲ। ਤੇ ਤੁਹਾਨੂੰ ਇਹ ਵੀ ਦੱਸੇ ਯਾਰ ਮੈਨੂੰ ਸਵੇਰੇ ਨਾ ਪਾਵੀ ਮੈਂ ਕੋਈ ਨਹੀਂ ਉੱਡਣਾ, ਮੈਂ ਨਹੀਂ ਉੱਡਣਾ। ਤੇ ਜਿਹੜਾ ਉਸਤਾਦ ਇਹ ਸਮਝ ਗਿਆ, ਫਿਰ ਉਹਦੇ ਬੜੇ ਕੋਈ ਬਦ ਨਸੀਬ ਬੰਦਾ ਨਸੀਬ ਭੈੜੇ ਹੋਣਗੇ ਵੀ ਕਬੂਤਰ ਨਹੀਂ ਉੱਡਣਗੇ, ਵਰਨਾ ਉਹਦੇ ਸ਼ਾਮ ਤੱਕ ਉੱਡਣਗੇ। ਉਹਦੀ ਡਾਇਟ ਦਾ ਅਗਰ ਖਿਆਲ ਕਰ ਲਿਆ ਕਿਆ ਹੀ ਬਾਤ। ਉਸਤਾਦ ਜੀ ਇਹ ਕਹਿਣਾ ਚਾਹੁੰਦੇ ਹੁਣ ਮੁਬਸ਼ਰ ਭਾਈ, ਕਬੂਤਰ ਉੱਤੋਂ ਆ ਗਿਆ, ਕਿਉਂਕਿ ਮੈਂ ਕਈ ਮੂਵੀਆਂ 'ਚ ਨਾ ਯਾਰ ਬੜਾ ਠੰਡਾ ਹੋ ਗਿਆ, ਬਾਕੀ ਪੈਰ ਸੁੰਨ ਹੋ ਗਏ ਨੇ। ਅੱਛਾ, ਕਈ ਮੂਵੀਆਂ 'ਚ ਨਾ ਮੁਬਸ਼ਰ ਭਾਈ ਅਸੀਂ ਨਾ, ਮੈਂ ਕਿਹਾ ਵੇ ਕਿ ਕਬੂਤਰ ਅਗਰ ਉੱਤੋਂ ਆ ਜਾਂਦਾ ਸੋਜਿਆ, ਉਹ 5 ਘੰਟੇ ਉੱਡੇ, ਉਹ 6 ਘੰਟੇ ਉੱਡੇ, ਉਹ 10 ਘੰਟੇ ਉੱਡੇ, ਉੱਡ ਕੇ ਆ ਗਿਆ, ਕਬੂਤਰ ਸੁੱਜ ਗਿਆ। ਹਾਂਜੀ ਠੀਕ ਹੈ, ਉਹਦੀ ਅਗਰ ਅਸੀਂ ਸੋਚ ਲਾਣੀ ਹੈ ਉਹਨੂੰ ਕਿਹੜੀ ਦਵਾਈ ਅਸੀਂ ਦਿਆਂਗੇ ਜਾਂ ਕੀ ਐਸਾ ਫਾਰਮੂਲਾ ਦਿਆਂਗੇ ਕਿ ਜਿਹੜਾ ਦੂਜੇ ਦਿਨ ਤਾਂ ਆ ਗਏ ਡੱਕ, ਤੀਜੇ ਦਿਨ ਫਿਰ ਅਸੀਂ ਡਾਣਾ, ਉਹਨੂੰ ਕਿਵੇਂ ਡਾਵਾਂਗੇ, ਕੀ ਦੇ ਕੇ ਡਾਵਾਂਗੇ ਜਿਹੜਾ ਸੁੱਜੇ ਨਾ ਦੁਬਾਰਾ ਕਬੂਤਰ? ਉਹ ਸੁੱਜਣ ਦਾ ਅਸੀਂ ਤਾਂ ਇੱਕ ਪਾਣੀ ਬਣਾਉਂਦੇ ਹਾਂ 2-3 ਚੀਜ਼ਾਂ ਦਾ। ਅੱਛਾ ਠੀਕ ਹੈ, ਉਹ ਰਾਤ ਨੂੰ ਉੱਡ ਕੇ ਆਉਂਦਾ, ਉਹਨੂੰ 1 ਸੀਸੀ ਪਾਣੀ ਦੇਈਦਾ, ਸਵੇਰ ਤੱਕ ਸੋਜ ਲਾਈ ਜਾਂਦੀ। ਠੀਕ ਹੋ, ਸੋਜ ਲਾਉਣ ਦੇ ਮੁਖਤਲਿਫ ਤਰੀਕੇ ਨੇ। ਠੀਕ ਹੋ, ਤੁਸੀਂ ਉਹਨੂੰ ਸੁੰਡ ਲੈ ਲਓ ਥੋੜ੍ਹੀ ਜਿਹੀ, ਸੁੰਡ ਕਾਲੀ ਮਿਰਚ ਲੈ ਲਓ, ਉਹਨਾਂ ਦੋਨਾਂ ਨੂੰ ਰਗੜ ਲਵੋ। ਠੀਕ ਹੋ ਗਿਆ, ਠੀਕ ਹੈ, ਰਗੜ ਕੇ ਵਿੱਚ ਥੋੜ੍ਹੀ ਜਿਹੀ ਤੁਸੀਂ ਅੰਜੀਰ ਪਾ ਲਓ, ਰਗੜ ਕੇ ਖੁਰਾਕ ਦੀ ਗੋਲੀ ਸੁੱਟ ਕੇ ਵਿੱਚ ਬਦਾਮਾਂ ਦੇ ਹੁੰਦੇ, ਮਿਕਸ ਕਰਕੇ ਗੋਲੀ ਰਾਣ ਦੇ ਦਿਓ, ਉਹਦੇ ਨਾਲ ਵੀ ਲਾਈ ਜਾਂਦੀ। ਠੀਕ ਹੋ ਗਿਆ, ਤੁਸੀਂ ਆਪਣਾ ਪਾਣੀ ਦਿੰਦੇ ਹੋ? ਅਸੀਂ ਤਾਂ ਪਾਣੀ ਬਣਾਇਆ ਸੀ, ਉਹ ਸ਼ੇਅਰ ਕਰੋਗੇ ਦੋਸਤਾਂ ਨਾਲ? ਸ਼ਗਿਰਦ ਨਾ ਵੀ ਹੋਵੇ, ਕੋਈ ਵੀ ਹੋਵੇ, ਕੋਈ ਵੀ ਥਰਡ ਪਰਸਨ ਹੋਵੇ, ਮੈਨੂੰ ਫੋਨ ਕਰ ਲਵੇ,
अगर उन्होंने कोई मसला है तो भाजी मैं अपना उन्होंने तजर्बा जरूर शेयर करांगा। मैं कभी नहीं मैं कभी उस्तादी नहीं झाड़ी ये पता की देखो कोई भी फोन कर लो ठीक है जिन्ना को मेरे को इलम होएगा मैं जरूर शेयर करांगा और इंशाल्लाह ताला बंदे नु काम भी देगा यार मेरी मेरी देखो एंदे विच मेरी छोटी जी लाइव दे विच पता मैं समझेगा ताडी मेरी छोटी अर सुन लो चढ़दे पंजाब दे वीर मित्र भरा हां जी वेखो सरदार होरी वेंदे ने उहनां नु यार अगर कोई उत्थे बैठेया साडा मुल्क चो फायदा होए ते यार होर की चाहिए सानू उहनां नु मैं फायदा जरूर देंगा मेरा नंबर उहनां नु दियो ठीक है जिहड़ी गल उन्हां दसी ना वह भी अच्छी है लेकिन मैं बारहा मूवियां च कह चुका माल कंगनी हुंदी है मैं उहदी ऐरकी तस्वीर भी मूवी च ला दांगा उत्ते जिहड़ा ना माल कंगनी हुंदी है माल कंगनी दे सत दाणे अगर सुबह कबूतर उडान तों पहले तैयारी च तुहाडा कबूतर तैयारी गल फिरता लैण दे माल कंगनी दे सत दाणे उहनूं दिंदे हो ना तो कबूतर ताड़ा नहीं सुज के है दूजी बारी तुहानू देने ही नहीं पैने बल्कि माल कंगनी हुंदी है ये पंसारी की दुकान तो मिलती है मैं जमाया हो फार्मूला और मैं भी अल्लाह की मेहरबानी ना उस्ताद खलाक अहमद खान साहब का शागिर्द हाँ उन्होंने 95 साल आई सी बाकी बड़ी दुनिया उन्होंने जानती है और वेखो ये बड़ा वड्डा एडा वड्डा नुस्खा है कि हर एक का अच्छा मैं तुम्हें पहले की कह चुका किसी माँ बाधी तो किसी माँ नरो भाजी एक कि एक दवाई के किन्ने किन्ने फार्मूले फार्मूले ठीक है कोई जेड़ी भी एक चीज एक मतलब मर्ज दी दवाइया दवाइया ने हुण फ्लैजल एथ्रोसिन दे लो मैं कहना जिन्ना मर्जी रेसा रेशा जहर बंद करना नहीं मतलब एक कबूतर ने इन्हां नूं तुसीं जिथे ला लो लग जिथे ला लो लग करन वाले लग जांदे मैं बशर भाई होर कोई दसना चाहंदे आवाम नूं या कोई ऐसी गल कबूतर ते तुहाडे बहाने ने तुहानूं हुण एक कबूतरां दा हुण शौक पार्ट 2 च लै जांगे तुहानूं हां जी कोई ठीक हो गया ला यार हवाले रब दे एसन साहब ठीक है मुबशर भाई जी।